ਵਾਹਿਗੁਰੂ ਜੀ ਕੀ ਫਤਿਹ। ਯੂਕੇ ਅਤੇ ਯੂਰਪ ਦੇ ਸਮੂਹ ਸਰੋਤਿਆਂ ਨੂੰ ਆਪ ਜੀ ਦਰਸ਼ਨ ਕਰਾ ਰਹੇ ਹਾਂ। ਪੰਥ ਦੇ ਮਹਾਨ ਭਾਈ ਸਾਹਿਬ ਭਾਈ ਬਾਬਾ ਮੁਖੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ ਦਾਸ ਦੇ ਸੱਜੇ ਹੱਥ ਬਿਰਾਜਮਾਨ ਹਨ। ਸੋ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਜਰਮਨੀ ਤੋਂ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ ਉਹ ਵੀ ਸਿੱਖ ਚੈਨਲ ਦੇ ਸਟੂਡੀਓ 'ਤੇ ਪਹੁੰਚੇ ਹਨ। ਆਓ ਆਪਾਂ ਇਹਨਾਂ ਨਾਲ ਇਹਨਾਂ ਨੂੰ ਜੀਆਂ ਕਹਿ ਕੇ ਅਤੇ ਜਿਹੜੀਆਂ ਵਿਚਾਰਾਂ ਅੱਜ ਦੀਆਂ ਹੈ ਉਹਦੇ ਵਿੱਚ ਆਪ ਜੀ ਨਾਲ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਬਾਬਾ ਜੀ, ਕਿਉਂਕਿ ਤੁਸੀਂ ਯੂਕੇ ਦੇ ਯਾਤਰਾ 'ਤੇ ਆਏ ਸੀ, ਉੱਥੇ ਪ੍ਰਚਾਰ ਦੇ ਵਿੱਚ ਤੁਸੀਂ ਕਾਫੀ ਰੁਝਾਨ 'ਚ ਰਹੇ ਹੋ, ਇਸ ਕਰਕੇ ਸਿੱਖ ਚੈਨਲ 'ਤੇ ਤੁਹਾਡਾ ਇਹ ਸਿਰਫ ਥੋੜ੍ਹੇ ਪਹਿਲੇ ਮਿੰਟ ਕੁਛ ਆਉਣ 'ਤੇ ਸਮੇਂ 'ਤੇ ਤੁਹਾਡੇ ਦਰਸ਼ਨ ਹੋਏ ਸੰਗਤਾਂ ਨੂੰ। ਭਾਵੇਂ ਤੁਸੀਂ ਜਿੱਥੋਂ ਕਥਾ ਵਿਚਾਰ ਜਾਂ ਪ੍ਰੋਗਰਾਮ ਦਿੰਦੇ ਸੀ ਉੱਥੋਂ ਲਾਈਵ ਕੋਸ਼ਿਸ਼ ਕੀਤੀ ਹੈ, ਅਤੇ ਅੱਜ ਤੁਹਾਨੂੰ ਤੁਸੀਂ ਇੱਥੇ ਆਏ ਹੋ ਸਿੱਖ ਚੈਨਲ ਵੱਲੋਂ ਆਪ ਜੀਆਂ ਨੂੰ ਜੀਆਂ ਆ। ਅਤੇ ਤੁਸੀਂ ਥੋੜ੍ਹਾ ਜਿਹਾ ਸੰਗਤਾਂ ਦੇ, ਕਿਉਂਕਿ ਸੰਗਤਾਂ ਬਹੁਤ ਆਪ ਜੀ ਦੇ ਵਿਚਾਰ ਸੁਣਨੀਆਂ ਵੀ ਚਾਹੁੰਦੀਆਂ ਸਨ, ਜਿਹੜੇ ਇੱਥੇ ਦੇ ਪ੍ਰੋਗਰਾਮ ਇਸ ਟੂਰ ਦੇ ਰਹੇ ਆ ਉਹ ਤੁਹਾਨੂੰ ਕਿਵੇਂ ਰਹੇ ਆ, ਅਤੇ ਥੋੜ੍ਹੇ ਜਿਹੇ ਸੰਗਤਾਂ ਨਾਲ ਇਸ ਦੀ ਜਾਣਕਾਰੀ ਜ਼ਰੂਰ ਆਪਾਂ ਕਰੀਏ। ਹਾਂਜੀ, ਦੇਖੋ ਜਿੰਨੀਆਂ ਵੀ ਸੰਗਤਾਂ ਸਿੱਖ ਚੈਨਲ ਦੇਖ ਰਹੀਆਂ ਨੇ ਇਸ ਵੇਲੇ, ਉਹਨਾਂ ਨੇ ਤਕਰੀਬਨ ਉਹਨਾਂ 'ਚੋਂ ਬਹੁਤੇ ਪ੍ਰੋਗਰਾਮਾਂ ਦਾ ਜਿਹੜਾ ਲਾਈਵ ਟੈਲੀਕਾਸਟ ਆ ਉਹ ਆਨੰਦ ਮਾਣਿਆ, ਔਰ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਹ ਡੀ ਲਾਈਵ ਕੀਤੇ ਗਏ ਸਿੱਖ ਚੈਨਲ ਵੱਲੋਂ। ਜੀ, ਬੜਾ ਸ਼ਲਾਘਾਯੋਗ ਉੱਦਮ ਰਿਹਾ, ਸੰਗਤਾਂ ਨੇ ਵਿਚਾਰ ਜਿਹੜੇ ਸਰਵਣ ਕੀਤੇ ਆ। ਮੈਂ ਦੇਖਿਆ ਕਿ ਜਦੋਂ ਪਹਿਲਾਂ ਇਹ ਸਿੱਖ ਚੈਨਲ ਨਹੀਂ ਸੀ ਜੀ ਤਾਂ ਸਾਡੇ ਕੋਲ ਆਪਣਾ ਮੀਡੀਆ ਨਾ ਹੋਣ ਕਾਰਨ ਬਹੁਤੀਆਂ ਸੰਗਤਾਂ ਨੂੰ ਪਤਾ ਨਹੀਂ ਸੀ ਲੱਗਦਾ, ਇੱਕ ਗੁਰਦੁਆਰੇ ਦੇ ਪ੍ਰੋਗਰਾਮਾਂ ਦਾ ਦੂਜੇ ਗੁਰਦੁਆਰੇ 'ਚ ਨਹੀਂ ਸੀ ਪਤਾ ਹੁੰਦਾ, ਬਿਲਕੁਲ ਜੀ, ਇੱਕੋ ਟਾਊਨ ਦੇ ਵਿੱਚ ਜੀ, ਤੇ ਸੰਗਤਾਂ ਦੀ ਗੈਦਰਿੰਗ ਵੀ ਬੜੀ ਥੋੜੀ ਹੁੰਦੀ ਸੀ ਜੀ, ਬੜੀ ਜ਼ਿਆਦਾ ਐਡਵਰਟਾਈਜਮੈਂਟ ਪੇਪਰਾਂ ਦੇ ਰਾਹੀਂ ਜਿਵੇਂ ਪ੍ਰਿੰਟ ਮੀਡੀਆ ਜਾਂ ਰੇਡੀਓ ਚੈਨ ਸਟੇਸ਼ਨਾਂ ਦੇ ਰਾਹੀਂ ਦੱਸਣਾ, ਫਿਰ ਕਿਤੇ ਜਾ ਕੇ ਸੰਗਤਾਂ ਦੀ ਜਿਹੜੀ ਚੱਲਦੀ ਵੀਕ ਦੇ ਵਿੱਚ ਗੈਦਰਿੰਗ ਹੋਣੀ, ਜ਼ਿਆਦਾ ਸੰਡੇ ਨੂੰ ਐਤਵਾਰ ਵਾਲੇ ਦਿਨ ਹੀ ਸੰਗਤਾਂ ਜਿਹੜੀਆਂ ਗੁਰਦੁਆਰਾ ਸਾਹਿਬ ਆਉਂਦੀਆਂ ਸੀ, ਕਿਉਂਕਿ ਸੰਗਤਾਂ ਤੱਕ ਖਬਰ ਹੀ ਨਹੀਂ ਸੀ ਪਹੁੰਚਦੀ ਮੈਂ ਸਮਝਦਾ। ਤੇ ਹੁਣ ਇਹਨਾਂ ਦਿਨਾਂ ਦੇ ਦੌਰਾਨ ਮੈਂ ਜਿੰਨੇ ਪ੍ਰੋਗਰਾਮ ਕੀਤੇ ਆ 16 ਤਰੀਕ ਤੋਂ ਲੈ ਕੇ ਤੇ ਰਾਤ ਦਾ ਪ੍ਰੋਗਰਾਮ ਸੀ ਜਿਵੇਂ ਰਾਤ ਤੱਕ, ਮੈਂ ਦੇਖਿਆ ਬਹੁਤ ਸੰਗਤਾਂ ਦੀ ਗੈਦਰਿੰਗ ਰਹੀ ਆ। ਉਹਦਾ ਕਾਰਨ ਇਹ ਸੀ ਕਿ ਸਿੱਖ ਚੈਨਲ ਦੇ ਉੱਤੇ ਜਿਹੜਾ ਸਮਾਗਮਾਂ ਦੀ ਟਾਈਮ ਟੇਬਲ ਸੀ ਉਹਦਾ ਪੋਸਟਰ ਪ੍ਰਸਾਰਿਤ ਕੀਤਾ ਗਿਆ, ਔਰ ਬਕਾਇਦਾ ਐਡ ਸਕਰੋਲ ਚੱਲਦੀ ਰਹੀ ਜਿਹਨੂੰ ਪੜ੍ਹ ਕੇ ਸੰਗਤਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਇੱਥੇ ਅੱਜ ਸਮਾਗਮ ਆ। ਤੇ ਸਿੱਖ ਚੈਨਲ ਦੇ ਇਸ ਮਾਧਿਅਮ ਦੇ ਰਾਹੀਂ ਮੈਂ ਵੇਖਿਆ ਕਿ ਸੰਗਤਾਂ ਦੀ ਬਹੁਤ ਭਾਰੀ ਗੈਦਰਿੰਗ ਰਹੀ ਤੇ ਬੜਾ ਜਿਹੜਾ ਸਕਸੈਸਫੁਲ ਸਾਰੇ ਸਮਾਗਮ ਰਹੇ। ਮੈਂ ਬਹੁਤੀਆਂ ਸੰਗਤਾਂ ਦੇ ਦਰਸ਼ਨ ਗੁਰਦੁਆਰਿਆਂ 'ਚ ਵੀ ਕਰ ਸਕਿਆ, ਵਿਚਾਰਾਂ ਦੀ ਸਾਂਝ ਕਰ ਸਕਿਆ, ਤੇ ਸਿੱਖ ਚੈਨਲ ਦੇ ਰਾਹੀਂ ਤੇ ਫਿਰ ਲੱਖਾਂ ਹਜ਼ਾਰਾਂ ਸੰਗਤਾਂ ਨੇ ਜਿਹੜਾ ਦੁਨੀਆ ਭਰ ਦੇ ਵਿੱਚ ਸਰਵਣ ਕੀਤਾ, ਖਾਸ ਕਰ ਯੂਰਪ ਤੇ ਇੰਟਰਨੈਟ ਦੇ ਨਾਲ ਪੂਰੇ ਵਿਸ਼ਵ ਦੇ ਅੰਦਰ ਬਹੁਤ ਹੀ ਸਕਸੈਸਫੁਲ। ਭਾਵੇਂ ਸਮਾਂ ਬੜਾ ਥੋੜਾ ਸੀ 2 ਕੁ ਵੀਕਾਂ ਦਾ, ਆ 2-4 ਦਿਨਾਂ ਨੂੰ ਵਾਪਸ ਚਲੇ ਜਾਣਾ, ਅੱਜ ਰਾਤ ਦਾ ਸਮਾਗਮ ਜਿਵੇਂ ਸਟੱਟਫੋਰਡ ਗੁਰਦੁਆਰਾ ਸਾਊਥ ਬਰਮਿੰਘਮ ਦੇ ਵਿੱਚ ਆ, ਗੁਰੂ ਨਾਨਕ ਗੁਰਦੁਆਰਾ ਉੱਥੇ ਆ ਸ਼ਾਮ ਨੂੰ 6:30 ਵਜੇ, ਤਾਂ ਤਕਰੀਬਨ ਜਿੰਨੇ ਸਮਾਗਮ ਸੀ ਸੰਗਤਾਂ ਦੇ ਗੁਰਦੁਆਰਾ ਸਾਹਿਬ 'ਚ ਚੱਲਦੀ ਵੀਕ ਦੇ ਵਿੱਚ ਵੀ ਹਾਜ਼ਰੀ ਬਹੁਤ ਭਾਰੀ ਰਹੀ, ਔਰ ਐਤਵਾਰ ਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਕਿੰਨੀ ਕੁ ਸੰਗਤ, ਅੱਗੇ ਜਿੰਨੀ ਸੰਗਤ ਐਤਵਾਰ ਨੂੰ ਹੁੰਦੀ ਸੀ ਓਨੀ ਐਰਕਾ ਚੱਲਦੀ ਵੀਕ ਦੇ ਵਿੱਚ ਵੀ ਜਿਹੜਾ ਹੈਗਾ। ਜਦੋਂ ਦਾ ਸਿੱਖ ਚੈਨਲ ਆਇਆ ਔਰ ਜਦੋਂ ਦੇ ਮੈਂ ਪ੍ਰੋਗਰਾਮ ਕਰ ਰਿਹਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ, ਹੁਣ ਸੰਗਤਾਂ 'ਚ ਜਾਗਰਤੀ ਬਹੁਤ ਆ ਚੁੱਕੀ ਆ। ਸਿੱਖ ਚੈਨਲ ਸੁਣਨ ਵਾਲੀਆਂ ਸੰਗਤਾਂ ਜਿਹੜੀਆਂ ਨੇ ਜੋ ਇੰਡੀਆ 'ਚ ਵਰਤਾਰਾ ਵਰਤਦਾ ਪੰਜਾਬ 'ਚ, ਚਾਹੇ ਉਹ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਦੀ ਗੱਲ ਆ, ਚਾਹੇ ਭਾਈ ਰਾਜੋਆਣਾ ਦੀ ਫਾਂਸੀ ਟਾਲਣ ਦੀ ਗੱਲ ਸੀ, ਸ਼ਹੀਦੀ ਯਾਦਗਾਰ ਦਾ ਮੁੱਦਾ, ਆਨੰਦਮੈ ਰਿਜੈਕਟ ਦਾ ਮੁੱਦਾ, ਚਾਹੇ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਦਾ ਮੁੱਦਾ, ਸਰਸੇ ਦੇ ਨੂਰ ਮੇਲੀਏ ਦੇ ਖਿਲਾਫ਼, ਸੋ ਸੰਗਤਾਂ ਨੂੰ ਬੜੀ ਜਾਗਰਤੀ ਆ। ਤੇ ਇਸ ਕਾਰਨ ਕਰਕੇ ਹੁਣ ਜਿਹੜੇ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਬੜੇ ਸਕਸੈਸਫੁਲ ਰਹੇ ਜੀ। ਬਾਬਾ ਜੀ, ਜਿਹੜੇ ਹੁਣ ਤੁਸੀਂ, ਕਿਉਂਕਿ ਪ੍ਰੋਗਰਾਮ ਤੁਹਾਡੇ ਥੋੜ੍ਹੇ ਰਹਿ ਗਏ ਹੁਣ ਵਾਪਸੀ ਜਾਣਾ, ਅਤੇ ਅਜੇ ਸੰਗਤਾਂ ਦੇ ਤਾਂ ਸਾਨੂੰ ਟੈਲੀਫੋਨ ਆ ਰਹੇ ਆ, ਕਈ ਗੁਰਦੁਆਰਿਆਂ ਤੋਂ ਆ ਰਹੇ ਆ ਵੀ ਬਾਬਾ ਜੀ ਦਾ ਪ੍ਰੋਗਰਾਮ ਸਾਨੂੰ ਦਿਓ,
ਮੈਂ ਹੁਣ ਇਹੀ ਬੇਨਤੀ ਕਰਨੀ ਚਾਹੁੰਦਾ ਜੀ ਮੈਂ ਜੀ ਕਿ ਸੰਗਤਾਂ ਦਾ ਪਿਆਰ ਬਹੁਤ ਆ, ਜੀ ਬਹੁਤ ਸਾਰੇ ਗੁਰੂ ਘਰਾਂ ਤੋਂ, ਗਰੇਵਜ਼ ਐਂਡ ਤੋਂ, ਹੋਰ ਬਹੁਤ ਸਾਰੇ ਥਾਵਾਂ ਤੋਂ ਜਿਹੜੇ ਸੰਗਤਾਂ ਦੇ ਮੈਨੂੰ ਫੋਨ ਆਏ ਆ, ਜੀ ਭਾਈ ਰਘਵੀਰ ਸਿੰਘ ਵਾਲਸਾਲ ਜਿਨ੍ਹਾਂ ਕੋਲੇ ਪ੍ਰੋਗਰਾਮਾਂ ਦੀ ਬੁਕਿੰਗ ਹੁੰਦੀ ਪਿਛਲੇ ਤਕਰੀਬਨ ਜੀ 10-11 ਸਾਲ ਤੋਂ ਹੀ, ਤਾਂ ਜੀ ਬਹੁਤ ਸਾਰੇ ਪ੍ਰੋਗਰਾਮ ਆਏ ਆ ਜਿਹੜੇ ਬਹੁਤ ਸਾਰੇ ਘਰਾਂ ਦੇ ਪ੍ਰੋਗਰਾਮ ਵੀ ਸੀਗੇ ਜੀ ਔਰ ਬਹੁਤ ਸਾਰੇ ਗੁਰੂ ਘਰਾਂ ਦੇ ਗੁਰਮਤਿ ਸਮਾਗਮਾਂ ਦੇ ਵੀ ਪ੍ਰੋਗਰਾਮ ਸੀ, ਜੀ ਪਰ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਕਿ ਨਦੀ ਨਾਵ ਸੰਜੋਗੀ ਮੇਲੇ ਫਿਰ ਜਦੋਂ ਵੀ ਸਮਾਂ ਬਣਿਆ ਉਹਨਾਂ ਗੁਰੂ ਘਰਾਂ ਦੇ ਵਿੱਚ ਮੈਂ ਦਰਸ਼ਨ ਦਿਦਾਰੇ ਕਰਨ ਦੀ ਕੋਸ਼ਿਸ਼ ਕਰੂੰ, ਭਾਵੇਂ ਹੁਣ ਵੀ ਮੈਂ ਛੋਟੇ ਜਿਹੇ ਸਮੇਂ ਦੇ ਅੰਦਰ ਸਕਾਟਲੈਂਡ ਸਾਈਡ ਤੇ ਜੀ ਔਰ ਇਸੇ ਤਰ੍ਹਾਂ ਯਾਰਕ ਸ਼ਹਿਰ ਜੀ ਔਰ ਇਸੇ ਤਰ੍ਹਾਂ ਲੰਡਨ ਮਿਡਲੈਂਡ ਸਾਰੇ ਪਾਸੇ ਜੀ ਵਿਸ਼ੇਸ਼ ਪ੍ਰੋਗਰਾਮ ਕੀਤੇ ਆ, ਜੀ ਪਰ ਜਿਨ੍ਹਾਂ ਦੇ ਮੈਂ ਨਹੀਂ ਪ੍ਰੋਗਰਾਮ ਕਰ ਸਕਿਆ ਚਾਹੇ ਉਹ ਘਰਾਂ ਦੇ, ਕਿਉਂਕਿ ਸੰਗਤਾਂ ਦਾ ਬੜਾ ਪਿਆਰ ਹੁੰਦਾ ਘਰਾਂ ਵਿੱਚ ਲਿਜਾਣਾ ਔਰ ਉੱਥੇ ਬਚਨ ਬਲਾਸ ਕੋਈ ਉੱਥੋਂ ਜੀ ਦੇ ਹਾਲਾਤਾਂ ਬਾਬਤ ਵਿਚਾਰਾਂ ਦੀ ਸਾਂਝ ਕਰਨੀ, ਜੀ ਮੈਂ ਜਿਹੜੇ ਗੁਰੂ ਘਰਾਂ ਜਾਂ ਸੰਗਤਾਂ ਕੋਲ ਨਹੀਂ ਜਾ ਸਕਿਆ ਮੈਂ ਉਹਨਾਂ ਦੇ ਕੋਲੋਂ ਖਿਮਾ ਮੰਗਦਾ, ਔਰ ਜਿੱਥੇ ਮੈਂ ਗਿਆ ਜਿਹੜਾ ਸੰਗਤਾਂ ਨੇ ਪਿਆਰ ਤੇ ਸਤਿਕਾਰ ਬਖਸ਼ਿਆ ਚਾਹੇ ਘਰਾਂ ਚੋਂ ਜੀ ਚਾਹੇ ਗੁਰੂ ਘਰਾਂ ਚੋਂ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਠੀਕ ਹੈ ਚਾਹੁੰਦਾ। ਬਾਬਾ ਜੀ, ਕਿਉਂਕਿ ਆਪਣੇ ਕੋਲ ਅੱਜ ਟਾਈਮ ਬਹੁਤ ਥੋੜ੍ਹਾ, ਆਪਣੇ ਨਾਲ ਇਹ ਫੈਡਰੇਸ਼ਨ ਦੇ ਪ੍ਰਧਾਨ ਜਰਮਨੀ ਤੋਂ ਭਾਈ ਗੁਰਬੀਰ ਸਿੰਘ ਜੀ ਇਹ ਵੀ ਹਾਂਜੀ ਬੈਠੇ ਹਨ, ਹਾਂਜੀ, ਕਿਉਂਕਿ ਆਪਾਂ ਤੁਹਾਨੂੰ ਜਾਣਕਾਰੀ ਹੋਵੇਗੀ ਦਸਤਾਰ ਅਵੇਅਰਨੈਸ ਡੇ ਜਿਹੜਾ ਮਨਾ ਰਹੇ ਹਾਂ ਇਸ ਸਾਲ, ਉਹ 7 ਜੁਲਾਈ ਨੂੰ ਫਰੈਂਕਫੋਰਟ ਜਰਮਨੀ ਵਿਖੇ ਮਨਾ ਰਹੇ ਹਾਂ। ਸੋ ਇਹ ਆਪਾਂ ਉਹਨਾਂ ਇਸ ਵਿਸ਼ੇ 'ਤੇ ਵੀ ਆਉਂਦੇ ਹਾਂ, ਉਹਨਾਂ ਤੋਂ ਪਹਿਲਾਂ ਆਪਣੇ ਕੋਲ ਕੋਲਰ ਰੈਡੀ ਹੈ, ਪਹਿਲਾਂ ਕੋਲਰ ਹੀ ਬੋਲਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਭਾਈ ਸਾਹਿਬ ਜੀ, ਕੌਣ ਬੋਲ ਰਿਹਾ ਜੀ, ਕਿੱਥੋਂ ਬੋਲ ਰਿਹਾ? ਮੈਂ ਜਗਦੀਪ ਸਿੰਘ ਬੋਲਦਾ ਜੀ, ਆਖਣ ਤੋਂ ਜਰਮਨ ਤੋਂ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਸਿੱਖ ਚੈਨਲ ਤੇ, ਕੀ ਕਹਿਣਾ ਚਾਹੁੰਦੇ ਜੀ? ਸਿੱਖ ਚੈਨਲ ਦੀਆਂ ਜੋ ਸੇਵਾਵਾਂ ਹਨ ਇਹ ਬਹੁਤ ਹੀ ਸ਼ਲਾਘਾਯੋਗ ਹਨ ਜੀ। ਠੀਕ ਹੈ। ਤੇ ਇਹ ਜੋ ਮਤਲਬ ਕੌਮ ਦੇ ਲਈ ਇਹ ਕੰਮ ਕਰ ਰਹੇ ਹਨ, ਜੋ ਮੀਡੀਆ ਹੈ ਇਹ ਸਭ ਤੋਂ ਵਧੀਆ ਇਹਨਾਂ ਦਾ ਮਤਲਬ ਕਿ ਕੰਮ ਹੈ, ਜੋ ਕਿ ਇਹ ਆਪਣਾ ਸਾਰੇ ਪੰਜਾਬ ਦੇ ਤੇ ਸਾਰੇ ਦੁਨੀਆਂ ਦੇ ਵਿੱਚ ਜੋ ਪਿੱਛੇ ਰਾਜੂਵਾਲਾ ਸਾਹਿਬ ਦਾ ਵੀ ਹੋਇਆ ਤੇ ਇਹ ਸਾਰਾ ਮੀਡੀਆ ਦੇ ਸਾਰਾ ਕੁਛ ਆਪਣਾ ਮੀਡੀਆ ਰਾਹੀਂ ਸਾਰੀ ਦੁਨੀਆਂ ਦੇ ਵਿੱਚ ਸਾਰੇ ਸਿੱਖਾਂ ਨੂੰ ਇਹ ਦੱਸਿਆ ਜੀ। ਬਹੁਤ ਧੰਨਵਾਦ। ਹੋਰ ਕੁਛ ਤੁਸੀਂ ਕਹਿਣਾ ਚਾਹੁੰਦੇ ਹੋ? ਐਥਨ ਤੋਂ ਬੋਲ ਰਹੇ, ਗ੍ਰੀਸ ਤੋਂ ਬੋਲ ਰਹੇ ਤੁਸੀਂ? ਮੈਂ ਜੀ ਆਖਣ ਤੋਂ ਬੋਲ ਰਿਹਾ ਜੀ, ਆਖਣ ਜਰਮਨ ਜਰਮਨ ਦੀ ਜੀ। ਅੱਛਾ, ਪੋਲੈਂਡ ਤੇ ਬੈਲਜੀਅਮ ਦੇ ਬਾਰਡਰ ਤੇ ਆ ਜੀ। ਠੀਕ ਹੈ ਜੀ। ਤੁਹਾਨੂੰ ਪਤਾ ਹੋਵੇਗਾ ਕਿ ਜਰਮਨੀ ਦੇ ਵਿੱਚ ਅਸੀਂ 7 ਜੁਲਾਈ ਨੂੰ ਦਸਤਾਰ ਅਵੇਅਰਨੈਸ ਡੇ ਮਨਾਇਆ ਜਾ ਰਿਹਾ ਫਰੈਂਕਫੋਰਟ ਦੇ ਵਿੱਚ, ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ? ਉੱਥੇ ਗੈਦਰਿੰਗ ਤੁਹਾਡੇ ਲਾਗੇ ਜਿਹੜੇ ਗੁਰਦੁਆਰੇ ਸਾਹਿਬ ਆ ਉਹ ਵੀ ਪਹੁੰਚ ਰਹੇ ਜਾਂ ਨਹੀਂ? ਹਾਂਜੀ, ਇੱਥੇ ਅਸੀਂ ਸਾਰਿਆਂ ਜੀ ਅਨਾਊਂਸ ਕਰ ਦਿੱਤਾ ਜੀ, 7 ਜੁਲਾਈ ਨੂੰ ਸਾਰੇ ਜੋ ਸੰਗਤਾਂ ਹਨ ਦਸਤਾਰ ਸਜਾ ਕੇ ਹੁਮ ਹੁਮਾ ਕੇ ਉੱਥੇ ਪਹੁੰਚਣਗੀਆਂ ਜੀ। ਜੀ, ਸੋ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਭਾਈ ਗੁਰਮੀਤ ਸਿੰਘ ਜੀ ਦਾ ਤੇ ਸਿੱਖ ਚੈਨਲ ਵਾਲਿਆਂ ਦਾ, ਜੋ ਕਿ ਇੱਕ ਦਸਤਾਰ ਨੂੰ ਮਤਲਬ ਕਿ ਸਾਰੀ ਦੁਨੀਆਂ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਜੋ ਸਾਡੀ ਇਹ ਆਈਡੈਂਟੀਫਿਕੇਸ਼ਨ ਹੈ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਰਬੰਸ ਵਾਰ ਕੇ ਇਹ ਜੋ ਦਸਤਾਰ ਦੀ ਸ਼ਾਨ, ਦਸਤਾਰ ਰੂਪੀ ਤਾਜ ਇਹ ਸਾਨੂੰ ਦਿੱਤਾ ਤੇ ਅਸੀਂ ਇਸ ਨੂੰ ਵੱਖ ਵੱਖ ਦੇਸ਼ਾਂ ਦੇ ਵਿੱਚ ਅਸੀਂ ਇਹਨੂੰ ਆਪਣੀ ਆਈਡੈਂਟੀਫਿਕੇਸ਼ਨ ਨਹੀਂ ਦੱਸ ਪਾਏ, ਪਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਸ ਸ਼ਹਿਰ ਦੇ ਵਿੱਚ ਜਿਹੜਾ ਕਿ 7 ਜੁਲਾਈ ਨੂੰ ਦਸਤਾਰ ਦਿਵਸ ਮਨਾਇਆ ਜਾ ਰਿਹਾ ਹੈ, ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ, ਇਹ ਸਾਰੇ ਸਿੱਖਾਂ ਲਈ ਸਨਮਾਨ ਦੀ ਗੱਲ ਹੈ ਤੇ ਸਿੱਖ ਚੈਨਲ ਵੀ ਵਧਾਈ ਦਾ ਪਾਤਰ ਹੈ ਜਿਹੜਾ ਕਿ ਇਹ ਬਹੁਤ ਸ਼ਲਾਘਾਯੋਗ ਉੱਦਮ ਜੋ ਇਹ ਕਰ ਰਹੇ ਹਨ। ਬਹੁਤ ਧੰਨਵਾਦ ਜਗਦੀਸ਼ ਸਿੰਘ ਜੀ, ਕਿਉਂਕਿ ਪਿਛਲੇ ਸਾਲ ਇਹੀ ਜਿਹੜਾ ਪ੍ਰੋਗਰਾਮ ਹੈ ਦਸਤਾਰ ਅਵੇਅਰਨੈਸ ਆਪਾਂ ਇੰਗਲੈਂਡ ਦੀ ਧਰਤੀ 'ਤੇ ਜਿੱਥੇ ਬਹੁਤ ਇਕੱਠ ਹੋਇਆ ਸੀ ਉੱਥੇ ਸੰਗਤਾਂ ਦੀ ਮੰਗ ਸੀਗੀ ਵੀ ਹਰ ਸਾਲ ਇਹ ਇੱਕ ਦਸਤਾਰ ਦਿਵਸ ਮਨਾਇਆ ਜਾਵੇ ਜਿੱਥੇ ਕਿ ਇਹਨਾਂ ਲੋਕਾਂ ਨੂੰ ਜਿੱਥੇ ਜਿੱਥੇ ਆਪਾਂ ਵੱਸ ਰਹੇ ਹਾਂ ਉਹਨਾਂ ਨੂੰ ਅਵੇਅਰਨੈਸ ਦਿੱਤੀ ਜਾਵੇ, ਅਤੇ ਇਸ ਲਈ ਤੁਸੀਂ ਸੇਵਾ ਲਈ ਸੀ ਜਰਮਨੀ ਵਾਲਿਆਂ ਨੇ, ਤੁਹਾਡੀ ਇਸ ਮਿਸਾਲ ਬਾਰੀ ਅਗਲੇ ਸਾਲ ਯੂਰਪ 'ਚੋਂ ਹੋਰ ਕੰਟਰੀ ਨੂੰ ਇਹ ਸੇਵਾ ਮਿਲੇਗੀ। ਧੰਨਵਾਦ ਤੁਹਾਡਾ ਟੈਲੀਫੋਨ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਾਬਾ ਜੀ, ਕਿਉਂਕਿ ਆਪਾਂ ਦਸਤਾਰ ਦਿਵਸ 'ਤੇ ਹੁਣ ਸ਼ੁਰੂ ਹੋ ਚੁੱਕਾ ਅਤੇ ਆਪਾਂ ਪਹਿਲਾਂ ਤੁਸੀਂ ਅਗਲੇ ਕੋਲਰ ਰੈਡੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਰਣਜੀਤ ਸਿੰਘ ਬੋਲ ਰਿਹਾ ਜੀ। ਹਾਂ ਭਾਈ ਰਣਜੀਤ ਸਿੰਘ ਜੀ, ਸਵਾਗਤ ਹੈ ਤੁਹਾਡਾ ਸਿੱਖ ਚੈਨਲ ਤੇ, ਕੀ ਕਹਿਣਾ ਚਾਹੋਗੇ? ਤੁਹਾਡੇ ਦਸਤਾਰ ਦਿਵਸ ਮਨਾਇਆ ਜਾ ਰਿਹਾ, ਤੁਸੀਂ ਕਿਉਂਕਿ ਜਰਮਨੀ ਧਰਤੀ ਤੋਂ ਤੁਸੀਂ
ਬੈਠੇ ਜਿਹੜਾ ਤੁਸੀਂ ਸੇਵਾ ਦੇ ਰਹੇ, ਬੱਚਿਆਂ ਦੇ ਪ੍ਰੋਗਰਾਮ ਸਾਰੇ ਰਿਕਾਰਡ ਕਰਕੇ ਭੇਜਦੇ ਹਾਂ ਔਰ ਲਾਈਵ ਪ੍ਰੋਗਰਾਮ ਦੱਸ ਦਿਖਾਲਦੇ ਹਾਂ, ਨਾਲ ਗੁਰਬੀਰ ਸਿੰਘ ਜੀ ਹੋਣੀ ਤੁਹਾਡੇ ਹੁੰਦੇ ਨਾਲ, ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਸਿੱਖ ਚੈਨਲ ਵੱਲੋਂ, ਤੁਸੀਂ ਤੁਹਾਨੂੰ ਕਿਵੇਂ ਲੱਗਦਾ ਹੈ? ਬਹੁਤ ਹੀ ਵਧੀਆ ਉਪਰਾਲਾ ਜਿਹੜਾ ਭਾਈ ਗੁਰਮੀਤ ਸਿੰਘ ਹੋਣਾ ਨੇ ਕੀਤਾ ਜੀ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਪੂਰਾ ਪੂਰਾ ਸਾਥ ਅਸੀਂ ਦਿਆਂਗੇ, ਔਰ ਕੋਸ਼ਿਸ਼ ਹੈ ਸਾਡੀ ਵੀ ਅਸੀਂ ਪੂਰਾ ਆਪਣੇ ਫਰੰਕਫੋਰਟ ਜਿਹੜਾ ਆ ਡਿਊਸਵਰਗ ਗੁਰਦੁਆਰੇ ਤੋਂ ਅਸੀਂ ਬੱਸ ਲੈ ਕੇ ਜਾਵਾਂਗੇ ਜੀ। ਜੀ ਜਿਹੜਾ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ, ਕਿਉਂਕਿ ਜਿੱਦਾਂ ਹੁਣ ਬੱਚੇ ਜਿਹੜੇ ਆ ਜ਼ਿਆਦਾਤਰ ਪਤੇ ਪੁਣੇ ਵਿੱਚ ਜਾ ਰਹੇ ਆ, ਔਰ ਦਸਤਾਰ ਨੂੰ ਜਿਹੜਾ ਆ ਗੁਰੂ ਸਾਹਿਬ ਨੇ ਪੂਰਾ ਸਰਬੰਸ ਵਾਰਿਆ, ਔਰ ਅਸੀਂ ਸਿੱਖੀ ਨੂੰ ਬਚਾਉਣ ਵਾਸਤੇ ਜਿਹੜਾ ਦਸਤਾਰ ਨੂੰ ਬਚਾਉਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਉਪਰਾਲੇ ਜਿੱਦਾਂ ਭਾਈ ਗੁਰਮੀਤ ਸਿੰਘ ਹੋਣਾ ਨੇ ਕੀਤੇ, ਅਸੀਂ ਨਾਲ ਪੂਰਾ ਸਹਿਯੋਗ ਦੇਵਾਂਗੇ ਜੀ। ਔਰ ਦਾਸ ਨੇ ਕੋਸ਼ਿਸ਼ ਵੀ ਕੀਤੀ ਹੈ ਵੀ ਤਿੰਨ ਪ੍ਰੈਸ ਵਾਲੇ ਜਿਹੜੇ ਅਸੀਂ ਇੱਥੇ ਜਰਮਨ ਦੇ ਜਿਹੜੇ ਆ ਉਹਨਾਂ ਨੂੰ ਵੀ ਕਾਫੀ ਇੰਟਰਸਟ ਸੀ, ਵੀ ਅਸੀਂ ਉਹਨਾਂ ਨੂੰ ਦੱਸਿਆ ਵੀ 7 ਜੁਲਾਈ ਨੂੰ ਉਹ ਵੀ ਸਾਡੇ ਨਾਲ ਹੀ ਆਉਣਗੇ ਤੇ ਕਾਫੀ ਜਿਹੜਾ ਅਸੀਂ ਇਹਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਭਾਈ ਗੁਰਮੀਤ ਸਿੰਘ ਹੋਣਾ ਨੂੰ ਜਿੱਦਾਂ ਉਹ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਨਾਲ ਜਿਹੜਾ ਆ ਪ੍ਰੋਗਰਾਮ ਨੂੰ ਕੋਸ਼ਿਸ਼ ਕਰਾਂਗੇ। ਔਰ ਇਹਨਾਂ ਨੇ ਸਾਨੂੰ ਭਾਈ ਸਾਹਿਬ ਉਹਨਾਂ ਨੇ ਬੇਨਤੀ ਕੀਤੀ ਸੀਗੀ, ਹੁਕਮ ਕੀਤਾ ਸੀਗਾ ਕਿ ਜਿਹੜਾ ਆ ਬੱਚਿਆਂ ਦੇ ਕਹਿੰਦੇ ਅਸੀਂ ਗੀਤਾਂ ਦਾ ਵੀ ਪ੍ਰੋਗਰਾਮ ਜਿਹੜਾ ਜੀ ਵੀ ਉੱਥੇ ਉਸ ਦਿਨ ਜਿਹੜਾ ਦਸਤਾਰ ਦੇ ਉੱਤੇ ਕੀਤਾ ਜਾਵੇ, ਤੋ ਅਸੀਂ ਕੋਸ਼ਿਸ਼ ਕਰਾਂਗੇ ਵੀ ਹੁਣ ਜਾ ਕੇ ਦਾਸ ਇਸ ਟਾਈਮ ਜਿਹੜਾ ਸਟੁੱਟਗਾਰਡ ਬੈਠਾ ਕੈਂਪ ਲਾਇਆ ਸੀ ਬੱਚਿਆਂ ਦਾ ਜੀ ਜੀ, ਤੇ ਇੱਥੋਂ ਵੀ ਭਾਈ ਸਾਹਿਬ ਹੋਣੀ ਜਿਹੜੇ ਭਾਈ ਅਵਤਾਰ ਸਿੰਘ ਹੋਣੀ ਉਹ ਵੀ ਜਿਹੜੇ ਕਹਿੰਦੇ ਵੀ ਬਹੁਤ ਵਧੀਆ ਪ੍ਰੋਗਰਾਮ ਹੈ, ਔਰ ਕੋਸ਼ਿਸ਼ ਹੈ ਕਿ ਅਸੀਂ ਸਾਰੇ ਜਿਹੜੇ ਆ ਇੱਥੋਂ ਵੀ ਬੱਚੇ ਜਿਹੜੇ ਆ ਜਾ ਰਹੇ ਉੱਥੇ ਪਹੁੰਚਣਗੇ, ਕਿਉਂਕਿ ਵੱਧ ਤੋਂ ਵੱਧ ਬੱਚੇ ਜਿਹੜੇ ਆ ਦਸਤਾਰ ਸਜਾ ਕੇ ਆਉਣ, ਔਰ ਵਧੀਆ ਤੋਂ ਵਧੀਆ ਜਿਹੜੇ ਆ ਪ੍ਰੋਗਰਾਮ ਤੁਸੀਂ ਬਿਲਕੁਲ ਬਿਲਕੁਲ ਜੀ ਹਾਂਜੀ ਲੈ ਕੇ ਆਇਓ। ਧੰਨਵਾਦ ਤੁਹਾਡਾ, ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਗਲੇ ਕੋਲ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਅਗਲੇ ਕੋਲ ਫਤਿਹ ਜੀ। ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ ਭਾਈ ਸਾਹਿਬ ਕੌਣ ਬੋਲ ਰਿਹਾ, ਕਿੱਥੋਂ ਬੋਲ ਰਿਹਾ ਜੀ? ਮੈਂ ਜੀ ਬਲਦੇਵ ਸਿੰਘ ਬਾਜਵਾ ਜਰਮਨੀ ਤੋਂ ਬੋਲ ਰਿਹਾ ਜੀ। ਬਲਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਿੱਖ ਚੈਨਲ ਤੇ। ਤੁਸੀਂ ਦੱਸੋ ਤੁਹਾਡੇ ਜਰਮਨੀ ਵਿਖੇ ਦਸਤਾਰ ਅਵੇਅਰਨੈਸ ਡੇ 7 ਜੁਲਾਈ ਨੂੰ ਮਨਾਇਆ ਜਾ ਰਿਹਾ, ਉਹਦੇ ਬਾਰੇ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ? ਅਸੀਂ ਜੀ ਸਾਰੇ ਗੁਰਦੁਆਰਿਆਂ ਦੇ ਵਿੱਚ ਸੂਚਿਤ ਕਰ ਦਿੱਤਾ ਕਿ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਸਿੱਖ ਜਰਮਨ ਚ ਰਹਿੰਦੇ ਨੇ ਇਹ 7 ਜੁਲਾਈ ਨੂੰ ਫਰੈਂਕਫੋਰਟ ਦਸਤਾਰ ਦੇ ਵਿੱਚ ਉੱਥੇ ਪਹੁੰਚਣ ਔਰ ਦਸਤਾਰਾਂ ਸਜਾ ਕੇ ਪਹੁੰਚਣ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ, ਤੇ ਕੱਲ ਅਸੀਂ ਇਹੋ ਹੀ ਪ੍ਰੋਗਰਾਮ ਜਿਹੜਾ ਦਸਤਾਰ ਦੇ ਵਿੱਚ ਪ੍ਰਤੀ ਉਹ ਅਸੀਂ ਹਮਬਰਗ ਦੇ ਵਿੱਚ ਕਰ ਰਹੇ ਹਾਂ ਜੀ। ਤੇ ਸਾਡਾ ਬਲਦੇਵ ਸਿੰਘ ਜੀ ਤੁਹਾਡੇ, ਕਿਉਂਕਿ ਜਰਮਨੀ ਦੇ ਤੁਹਾਡੇ ਫੈਡਰੇਸ਼ਨ ਦੇ ਪ੍ਰਧਾਨ ਗੁਰਬੀਰ ਸਿੰਘ ਜੀ ਮੇਰੇ ਨਾਲ ਬੈਠੇ ਆ, ਇਹ ਵੀ ਕੁਛ ਤੁਹਾਡੇ ਨਾਲ ਕੋਈ ਗੱਲ ਵਿਚਾਰ ਪੁੱਛਣੇ ਚਾਹੁੰਦੇ ਆ, ਮੈਂ ਇਹਨਾਂ ਨੂੰ ਕਵਾਂਗਾ ਕੀ ਇਹ ਕਹਿਣਾ ਚਾਹੁੰਦੇ। ਹਾਂਜੀ ਹਾਂਜੀ ਬਾਜਵਾ ਸਾਹਿਬ ਜੀ, ਭਾਈ ਖਾਲਸਾ ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਗੁਰਮੀਤ ਸਿੰਘ ਜੀ, ਇੱਕ ਮੈਂ ਸੰਗਤਾਂ ਨੂੰ ਦੱਸਦਾ ਜਾਵਾਂ, ਭਾਈ ਬਲਦੇਵ ਸਿੰਘ ਜੀ ਬਾਜਵਾ ਜੋ ਮੀਡੀਆ ਪੰਜਾਬ ਹੈ ਉਹਦੇ ਸੰਚਾਲਕ ਹਨ, ਅਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕੰਮ ਦੇ ਵਿੱਚ, ਅਤੇ ਜਦੋਂ ਵੀ ਅਸੀਂ ਇਹਨਾਂ ਨੂੰ ਆਵਾਜ਼ ਮਾਰੀ ਆ ਪਰ ਸਾਡੇ ਨਾਲ ਮੂਹਰੇ ਹੋ ਕੇ ਤੁਰਦੇ ਨੇ ਕਿ ਆਉਣ ਵਾਲੇ ਸਮੇਂ ਜੋ ਅਸੀਂ ਦਸਤਾਰ ਅਵੇਅਰਨੈਸ ਡੇ ਉੱਪਰ ਕਾਫੀ ਲਿਟਰੇਚਰ ਇਹਨਾਂ ਵੱਲੋਂ ਪਹਿਲਾਂ ਵੀ ਤਿਆਰ ਕੀਤਾ ਹੋਇਆ ਅਤੇ ਇਸ ਵੇਲੇ ਵੀ ਕਾਫੀ ਸਾਡਾ ਜੋ ਸਹਿਯੋਗ ਦੇ ਰਹੇ ਹਨ, ਅਸੀਂ ਧੰਨਵਾਦੀ ਇਹਨਾਂ ਦੇ। ਅਤੇ ਬਾਜਵਾ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਡੇ ਬਿਨਾਂ ਕਹੇ ਤੋਂ ਇਸ ਸੰਘਰਸ਼ ਵਿੱਚ ਦਸਤਾਰ ਅਵੇਅਰਨੈਸ ਡੇ ਵਿੱਚ ਤੁਸੀਂ ਜੋ ਆਪਣਾ ਬਣਦਾ ਯੋਗਦਾਨ ਪਾ ਰਹੇ ਹੋ, ਅਤੇ ਕੱਲ੍ਹ ਨੂੰ ਆਪਾਂ ਨੇ ਆਪਣੇ ਹਮਵਰਗ ਦੇ ਵਿੱਚ ਵੀ ਇਹ ਪ੍ਰੋਗਰਾਮ ਜੋ ਰਿਕਾਰਡ ਕਰਨਾ ਹੈ, ਅਤੇ ਇਹਨਾਂ ਦੀ ਮਿਸਿਜ ਨੇ ਵੀ ਭੈਣ ਜੀ ਹੋਣੀ, ਅਤੇ ਉਹ ਵੀ ਬੜੇ ਸੁਲਝੇ ਹੋਏ ਅਤੇ ਪੜ੍ਹੇ ਲਿਖੇ ਨੇ, ਅਤੇ ਕੱਲ੍ਹ ਨੂੰ ਉਹ ਵੀ ਆਉਣ ਦੀ ਕੋਸ਼ਿਸ਼ ਕਰਨ। ਕੱਲ੍ਹ ਨੂੰ ਅਸੀਂ ਜੋ ਬੀਬੀਆਂ ਦਾ ਇੱਕ ਸ਼ੋਅ ਕਰਨ ਦਾ ਵੀ ਦਸਤਾਰ ਦੇ ਸੰਬੰਧ ਵਿੱਚ, ਬੀਬੀਆਂ ਦਾ ਬੜਾ ਵੱਡਾ ਯੋਗਦਾਨ ਆ, ਮਾਤਾਵਾਂ ਦਾ ਭੈਣਾਂ ਦਾ, ਅਤੇ ਜਿਹੜੀਆਂ ਉਹਨਾਂ ਬਾਅਦ ਕੱਲ੍ਹ ਨੂੰ ਸ਼ੋਅ ਸੀ ਉਹਨਾਂ ਦਾ ਵੀ ਇੱਕ ਕਰਾਂਗੇ। ਅਤੇ ਬਾਜਵਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਹਿਯੋਗ ਦੇਣ ਲਈ, ਅਤੇ ਮੈਂ ਇੱਕ ਦੱਸਦਾ ਜਾਵਾਂ ਜੀ ਇਹ ਪ੍ਰੋਗਰਾਮ ਮੇਰਾ ਲਿਖਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਮੈਂ ਤਾਂ ਜੋ ਇੱਕ ਸੇਵਾ ਤੁਸੀਂ ਮੇਰੇ ਜਿੰਮੇ ਲਾਈ ਹੈ ਕੋਸ਼ਿਸ਼ ਕਰੂੰਗਾ ਉਹਨੂੰ ਇਮਾਨਦਾਰੀ ਤਨਦੇਹੀ ਨਾਲ ਮੈਂ ਨਿਭਾ ਸਕਾਂ। ਅਰਦਾਸ ਕਰੋ ਮੇਰੇ ਲਈ, ਜੋ ਸਿੱਖ ਚੈਨਲ ਵੱਲੋਂ ਜੋ ਡਿਊਟੀ ਲਾਈ ਆਪਾਂ ਉਹ ਕਰਾਂਗੇ, ਬਾਕੀ ਗੁਰੂ ਦੇ ਹੱਥ ਹੈ, ਅਤੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ, ਤੁਸੀਂ ਵੀ ਕੁਝ ਨਹੀਂ ਕਰ ਸਕਦੇ, ਆਪਾਂ ਸਾਰਿਆਂ ਨੇ ਇੱਕ ਪੰਥ ਦੀ ਆਵਾਜ਼, ਹਾਂਜੀ ਪੰਥ ਦੀ ਆਵਾਜ਼ ਬਣ ਕੇ ਆਪਾਂ ਇਕੱਠੇ ਹੋ ਕੇ ਇਸ ਕਾਰਜ ਨੂੰ ਆਪਾਂ ਮਤਲਬ ਵੀ ਨੇਪਰੇ ਚਾੜਨਾ ਤੁਹਾਡੇ। ਕੱਲ ਤੁਸੀਂ ਜਿਹੜਾ ਸੱਦਾ ਦਿੱਤਾ ਗੁਰਮੀਤ ਸਿੰਘ ਜੀ, ਅਸੀਂ ਕੱਲ ਨੂੰ ਲਾਈਪਸਿਗ ਦੇ ਵਿੱਚੋਂ ਮੈਂ ਤੇ ਮੇਰੀ ਮਿਸਿਜ ਗੁਰਦੀਸ਼ਪਾਲ ਕੌਰ ਬਾਜਵਾ ਤੇ ਮੇਰੀ ਵੱਡੀ ਬੇਟੀ ਜਸਮੀਨ ਕੌਰ ਬਾਜਵਾ ਜੀ, ਤੇ ਅਸੀਂ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਿਹੜੇ ਰਵਿੰਦਰ ਸਿੰਘ ਆਲਮਗੀਰ ਆ ਉਹਨਾਂ ਨੂੰ ਲੈ ਕੇ ਆ ਰਹੇ ਹਾਂ, ਤੇ ਬਰਲੀਨ ਵਾਲੀ ਵੀ ਮੈਂ ਕਿਹਾ ਤੁਹਾਡੇ ਨਾਲ ਹੀ ਹੋਣੀ ਕਰਨੀ ਇੱਕ ਵਧੀਆ ਪ੍ਰੋਗਰਾਮ ਦਸਤਾਰ ਦੇ ਉੱਤੇ ਆਪਾਂ ਜਿਹੜਾ ਕਿ
ਦੇ ਸਕੀਏ। ਬਿਲਕੁਲ, ਸੰਗਤਾਂ ਵਿੱਚ ਸਾਡੇ ਜੀ ਕੱਲ ਡਾਕਟਰ ਸਾਹਿਬ ਨੇ ਸਵਾਲ ਕੀਤਾ ਸੀ ਕਿੰਨਾ ਕੁ ਸਹਿਯੋਗ ਹੈ ਨਾ ਵੀ ਜਰਮਨ ਦੀਆਂ ਸੰਗਤਾਂ ਦਾ ਸਟਾਰ ਅਵੇਅਰਨੈਸ ਡੇ ਦੇ ਉੱਪਰ। ਮੈਂ ਕੱਲ ਹੀ ਬਹੁਤ ਕਾਲਰਾਂ ਨੇ ਉਹਦੇ ਭੁਲੇਖੇ ਕੱਢ ਦਿੱਤੇ ਸੀ ਜੋ ਅੱਜ ਭਾਈ ਰਣਜੀਤ ਸਿੰਘ ਉਹਨਾਂ ਨੇ ਫੋਨ ਕੀਤਾ, ਜਿਹੜੇ ਬੜਾ ਵੱਡਾ ਯੋਗਦਾਨ ਆ ਉਹਨਾਂ ਦਾ, ਭਾਈ ਜਗਦੀਸ਼ ਸਿੰਘ ਹੋਣੀ ਜੋ ਨੇ, ਉਹ ਸਾਰੇ ਜੋ ਸਾਡੇ ਮਾਟੋ ਬਣ ਰਹੇ ਨੇ, ਜੋ ਸਾਡੇ ਪੈਂਫਲੇਟ ਬਣ ਰਹੇ ਨੇ, ਸਾਰੀ ਸੇਵਾ ਉਹ ਨਿਭਾ ਰਹੇ ਨੇ, ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ। ਅਸੀਂ ਆਸ ਵੀ ਰੱਖਦੇ ਹਾਂ ਤੁਹਾਡੇ ਸਾਰਿਆਂ ਕੋਲੋਂ ਵੀ ਆਪਾਂ ਇਸੇ ਤਰ੍ਹਾਂ ਮੀਡੀਆ ਪੰਜਾਬ ਦੇ ਵਿੱਚ ਕੱਲ ਵੀ ਤੇ ਅੱਜ ਵੀ ਇਹ ਨਿਊਜ਼ ਵੀ ਇਹੀ ਪ੍ਰਕਾਸ਼ ਕੀਤੀ ਹੈ ਕਿ ਹੰਬਰਗ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਵੇ, ਉੱਥੇ ਹਮਾ ਕੇ ਪਹੁੰਚੋ। ਨਹੀਂ, ਤੁਹਾਡਾ ਹਮੇਸ਼ਾ ਤੁਸੀਂ ਇਸ ਵਾਸਤੇ ਸਿਹਰਤ ਰਹੇ ਹੋ ਤੇ ਸੁਚੇਤ ਤੇ ਦਰਦ ਰੱਖਦੇ ਹੋ ਸਿੱਖ ਕੌਮ ਦੇ ਜੋ ਵੀ ਕੁਛ ਹੋ ਰਿਹਾ, ਤੁਸੀਂ ਹਮੇਸ਼ਾ ਆਪਣੇ ਮੀਡੀਆ ਪੰਜਾਬ ਦੇ ਰਾਹੀਂ ਯੂਰਪ ਦੀਆਂ ਸੰਗਤਾਂ ਨੂੰ, ਜੋ ਕਿ ਬਹੁਤ ਵੱਡਾ ਤੁਹਾਡਾ ਜੋ ਇਹ ਨੈਟਵਰਕ ਹੈ ਉਹਦੇ ਰਾਹੀਂ ਤੁਸੀਂ ਹਮੇਸ਼ਾ ਸੁਚੇਤ ਕਰਦੇ ਰਹਿੰਦੇ, ਤੁਹਾਡੇ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਕੱਲ ਨੂੰ ਮਿਲਾਂਗੇ ਬਾਜਵਾ ਸਾਹਿਬ ਆਪਾਂ ਜੀ। ਬਾਜਵਾ ਜੀ, ਅਸੀਂ ਨਾਲ ਦੀ ਨਾਲ ਆਪ ਜੀ ਨੂੰ ਕਹਿਣਾ ਬੇਨਤੀ ਕਰਨਾ ਚਾਹੁੰਦੇ ਕਿਉਂਕਿ ਤੁਸੀਂ ਵੀ ਸਿੱਖ ਚੈਨਲ ਦੇ ਨਾਲ ਹੀ ਮੀਡੀਆ ਹੋ, ਇਸ ਕਰਕੇ ਹਾਂਜੀ ਹਾਂਜੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਜਦੋਂ ਸਮਾਂ ਬਣੇ ਜੂਕੇ ਦੀ ਧਰਤੀ ਤੇ ਆਉਣ ਦੇ ਤਾਂ ਸਾਨੂੰ ਜ਼ਰੂਰ ਸੰਪਰਕ ਕਰੋ, ਕਿਉਂਕਿ ਮੀਡੀਏ ਦੇ ਜਿਹੜੇ ਸੰਚਾਲਕ ਹੈ ਉਹਨਾਂ ਦੀ ਬਹੁਤ ਲੋੜ ਆ, ਇੱਥੋਂ ਆਣ ਕੇ ਤੁਹਾਡਾ ਜਿਹੜਾ ਆ ਜ਼ਰੂਰ ਸੰਗਤਾਂ ਤੱਕ ਜਿਹੜੇ ਵਿਚਾਰ ਆ ਉਹ ਦਿੱਤੇ ਜਾਣਗੇ। ਨਹੀਂ ਜੀ, ਅਸੀਂ ਮੈਂ ਤੇ ਡਾਕਟਰ ਸਾਧੂ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਸੀ, ਸਾਨੂੰ ਜਦੋਂ ਵੀ ਤੁਸੀਂ ਕੋਈ ਪ੍ਰੋਗਰਾਮ ਪ੍ਰਤੀ ਕਿਸੇ ਵੀ ਯਾਦ ਕਰੋ, ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ, ਜੋ ਅਸੀਂ ਆਵਾਜ਼ ਤੁਹਾਡੀ ਜਾਂ ਪੂਰੇ ਸੰਸਾਰ ਦੇ ਵਿੱਚ ਪਹੁੰਚਾਉਣ ਲਈ ਸਦਾ ਹੀ ਹਾਜ਼ਰ ਹਾਂ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫੋਨ ਕਾਲ ਕਰਨ ਦਾ, ਅਗਲੇ ਪ੍ਰੋਗਰਾਮਾਂ 'ਚ ਵੀ ਤੁਸੀਂ ਇੱਦਾਂ ਹੀ ਪਾਰਟਿਸਿਪੇਟ ਕਰੋ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਕਾਲਰ ਰੈਡੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਕੌਣ ਬੋਲ ਰਿਹਾ ਜੀ ਆਪ ਜੀ? ਦਾਸ ਰੇਸ਼ਮ ਸਿੰਘ ਬੱਬਰ ਜਰਮਨ ਤੋਂ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਰੇਸ਼ਮ ਸਿੰਘ ਜੀ ਤੁਹਾਡਾ ਸਿੱਖ ਚੈਨਲ ਤੇ। ਸੋ ਆਪ ਜੀ ਦਸਤਾਰ ਦਿਵਸ ਤੇ ਤੁਹਾਨੂੰ ਸੂਚਿਤ ਪਹਿਲਾਂ ਵੀ ਬੇਨਤੀ ਕਰ ਚੁੱਕੇ ਸੀ। ਸੋ ਜਿਹੜਾ ਤੁਹਾਡੇ ਵੱਲੋਂ ਪ੍ਰੋਗਰਾਮ ਫਰੈਂਕਫੋਰਟ ਦੀ ਧਰਤੀ 'ਤੇ 7 ਜੁਲਾਈ ਨੂੰ ਉਲੀਕਿਆ ਗਿਆ ਹੈ, ਉਹਦੇ ਪ੍ਰਤੀ ਤੁਸੀਂ ਕੁਛ, ਕਿਉਂਕਿ ਸਾਰੇ ਸਰੋਤੇ ਤੁਹਾਡੀ ਆਵਾਜ਼ ਸੁਣ ਰਹੇ ਹਨ ਯੂਕੇ, ਯੂਰਪ ਅਤੇ ਸਾਰੇ ਇੰਟਰਨੈਟ ਰਾਹੀਂ ਸਾਰੀ ਦੁਨੀਆ 'ਚ, ਤੁਸੀਂ ਕੀ ਕਹਿਣਾ ਚਾਹੋਗੇ ਕੁਛ? ਦਾਸ, ਸਭ ਤੋਂ ਪਹਿਲਾਂ ਆਪਣੇ ਬਾਬਾ ਬਲਜੀਤ ਸਿੰਘ ਜੀ, ਦਾਦੂ ਸਾਹਿਬ ਆਏ, ਭਾਈ ਗੁਰਮੀਤ ਸਿੰਘ ਜੀ ਤੇ ਆਪ ਜੀ ਅਤੇ ਸਿੱਖ ਚੈਨਲ ਦੇ ਸਰੋਤਿਆਂ ਨੂੰ ਗੁਰੂ ਫਤਿਹ ਪ੍ਰਮਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੋ ਬਾਬਾ ਬਲਜੀਤ ਸਿੰਘ ਜੀ ਕਰ ਰਹੇ ਨੇ ਵਾਕਿਆ ਸ਼ਲਾਘਾਯੋਗ ਹੈ, ਅਸੀਂ ਸਾਰੇ ਇਹਨਾਂ ਦੇ ਨਾਲ ਆ। ਜੋ ਪਿਛਲੇ ਸਮੇਂ ਇਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਦੀ ਗੱਲ ਕੀਤੀ, ਬਹੁਤ ਹੀ ਸ਼ਲਾਘਾਯੋਗ ਨੇ। ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ, ਪੰਥ ਦੇ ਜਿਹੜੇ ਕਰੰਟ ਮੁੱਦੇ ਨੇ ਉਹਨਾਂ ਨੂੰ ਛੂਹਦੇ ਨੇ। ਸਾਡੀਆਂ ਅਰਦਾਸਾਂ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਇਹਨਾਂ ਨੂੰ। ਨੰਬਰ 2 ਤੋਂ ਦਸਤਾਰ ਡੇ ਦਾ ਆ ਰਿਹਾ, ਅਸੀਂ ਸਾਰੇ ਇੱਕ ਆ ਇਸ ਮਸਲੇ ਤੇ, ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਆ, ਅਸੀਂ ਇਹਦੇ ਚੋਂ ਕੁਛ ਨਾ ਕੁਛ ਪ੍ਰਾਪਤ ਕਰੀਏ। ਬਿਲਕੁਲ, ਮੇਰੀ ਇਹ ਰਾਏ ਆ ਵੀ ਆਪਾਂ ਸਿੱਖ ਚੈਨਲ ਦੇ ਥਰੂ ਉਸ ਦਿਨ ਤੇ ਕੋਈ 200-400 ਜਿਹੜੇ ਨੌਜਵਾਨ ਪਰਣ ਕਰਨ ਵੀ, ਅਸੀਂ ਅੱਜ ਤੋਂ ਬਾਅਦ ਦਸਤਾਰ ਹਮੇਸ਼ਾ ਸਜਾਵਾਂਗੇ। ਇਹ ਕੋਈ ਇੰਨਾ ਔਖਾ ਨੀ ਜੇ ਆਪਾਂ ਉਪਰਾਲਾ ਕਰੀਏ ਜਿੱਥੇ ਗੁਰਦੁਆਰੇ ਜਾ ਰਹੇ ਕੋਈ 10-10, 20 ਸਿੰਘ ਸਾਨੂੰ ਦੇਣ ਉਹ, ਕਿਉਂਕਿ ਅਸੀਂ ਤੇ ਸਜਾਉਂਦੇ ਹੀ ਆ ਤੇ ਅਸੀਂ ਤੇ ਸਾਡਾ ਅਵੇਅਰਨੈਸ ਡੇ ਤੋਂ ਰੋਜ਼ਾਨਾ ਹੀ ਅਸੀਂ ਗੋਰਿਆਂ 'ਚ ਰਹਿੰਦੇ ਹਾਂ ਤੇ ਆਪਣਾ ਕਾਰੋਬਾਰ ਵੀ ਨਾਲ ਦਸਤਾਰ ਬਾਰੇ ਜਾਣਕਾਰੀ ਦਿੰਦੇ ਹਾਂ। ਲੇਕਿਨ ਜਿਹੜੇ ਵੀਰ ਇਹ ਤੋਂ ਦੂਰ ਜਾ ਚੁੱਕੇ ਆ, ਅਸੀਂ ਉਪਰਾਲਾ ਕਰੀਏ ਇਸ ਪਾਸੇ ਉਸ ਦਿਨ ਤੇ ਉਪਰਨ ਕਰਨ ਤੇ, ਜਿਹੜੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੋਏਗੀ ਮੇਰੇ ਹਿਸਾਬ ਨਾਲ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਹੋਰ ਕੁਛ ਤੁਸੀਂ ਕਹਿਣਾ ਚਾਹੁੰਦੇ ਹੋ? ਅਸੀਂ ਨਾਲ ਹਾਂ ਜੀ, ਸਾਰੀਆਂ ਇੱਥੇ ਪੰਥ ਜਥੇਬੰਦੀਆਂ, ਗੁਰਦੁਆਰੇ ਪ੍ਰਬੰਧਕ ਕਮੇਟੀਆਂ, ਬਾਕੀ ਅਸੀਂ ਜੂਨ ਦਾ ਮੁਜ਼ਾਹਰਾ ਕਰ ਰਹੇ ਹਾਂ। ਸਿੱਖ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਦੇਸ਼ਾਂ 'ਚ ਬੈਠੇ ਹੋ ਜੀ, ਕਿ ਜਿਹੜਾ 84 ਸਾਡੇ ਨਾਲ ਜਿਹੜਾ ਘੱਲੂਘਾਰਾ ਹੋਇਆ, ਨਸਲਕੁਸ਼ੀ ਸਾਡੀ ਕੀਤੀ ਗਈ ਹੈ, ਉਹ 'ਤੇ ਸਾਨੂੰ ਪ੍ਰੋਸੈਸ ਕਰਨਾ ਚਾਹੀਦਾ। 6 ਜੂਨ ਨੂੰ ਹੋ ਰਿਹਾ ਸਾਡੇ ਇੱਥੇ ਗੁਰਮੀਸੇ ਹੋਣੀ ਵਿਸਤਾਰ ਨਾਲ ਤੁਹਾਨੂੰ ਦੱਸ ਸਕਦੇ ਆ, ਅਤੇ ਮੇਰੀ ਸਾਰਿਆਂ ਨੂੰ ਫਿਰ ਦੁਬਾਰੇ ਫਤਿਹ ਹੈ। ਰੇਸ਼ਮ ਸਿੰਘ ਜੀ ਬੱਬਰ, ਜਿਹੜੇ ਪੰਥ ਦੇ ਬਹੁਤ ਹੀ ਬਾਬਾ ਜੀ, ਕਾਫੀ ਯੂਰਪ ਦੀ ਧਰਤੀ ਤੇ ਰਹਿ ਕੇ ਇਹਨਾਂ ਨੇ 2 ਦਹਾਕਿਆਂ ਤੋਂ ਪੰਥ ਦੀ ਕਾਫੀ ਜਿਹੜੀਆਂ ਜਾਣਕਾਰੀਆਂ ਦੇ ਦੇ ਕੇ ਸੇਵਾਵਾਂ ਨਿਭਾਈਆਂ। ਸੋ ਧੰਨਵਾਦ ਸਿੱਖ ਚੈਨਲ ਵੱਲੋਂ ਇਹਨਾਂ ਤੋਂ। ਅਗਲੇ ਕਾਲਰ ਆਪਣੇ ਕੋਲ ਰੈਡੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਕੌਣ ਬੋਲ ਰਿਹਾ ਜੀ, ਕਿੱਥੋਂ ਬੋਲ ਰਿਹਾ? ਦਾਸ ਸਤਨਾਮ ਸਿੰਘ ਬੱਬਾ ਅੱਜ ਕਰ ਰਿਹਾ, ਜਰਮਨੀ ਤੋਂ ਜੀ। ਸਤਨਾਮ ਸਿੰਘ ਜੀ, ਅੱਛਾ ਜੀ, ਬੱਬਰ ਜੀ। ਹਾਂਜੀ, ਆਪ ਜੀ ਕੀ ਕਹਿਣਾ ਚਾਹੋਗੇ ਦਸਤਾਰ ਅਵੇਅਰਨੈਸ ਡੇ ਤੇ, ਜਿਹੜਾ 7 ਜੁਲਾਈ ਨੂੰ ਫਰੈਂਕ ਵਾਰਡ ਮਨਾਇਆ ਜਾ ਰਿਹਾ ਜੀ?
ਹਾਂਜੀ, ਇਹ ਬਹੁਤ ਵਧੀਆ ਗੱਲ ਹੈ, ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿਹਦੇ ਨਾਲ ਮਤਲਬ ਸਿੱਖ ਕੌਮ ਦੇ ਵਿੱਚ ਜਿਹੜੀ ਇਸ ਗੱਲ ਦੇ ਨਾਲ ਹੋਰ ਵੀ ਜਾਗ੍ਰਿਤੀ ਆਏਗੀ ਔਰ ਦੁਨੀਆਂ ਦੇ ਜਿਹੜੇ ਜਰਮਨ ਲੋਕ ਵੀ ਆ ਉਹਨਾਂ ਦੇ ਵਿੱਚ ਵੀ ਇੱਕ ਵਧੀਆ ਜਿਹੜੀ ਜਿਹੜੀ ਸਿੱਖਾਂ ਦਾ ਪੱਖ ਆ ਉਹ ਇਸ ਢੰਗ ਦੇ ਨਾਲ ਵੀ ਜਾਏਗਾ ਕਿ ਜਿਹੜੇ ਜਰਮਨ ਦੇ ਵਿੱਚ ਰਹਿੰਦੇ ਸਿੱਖ ਜਿਹੜੇ ਆ ਵੀ ਇਹਨਾਂ ਦੇ ਕਿਉਂ ਦਸਤਾਰਾਂ ਸਜਾਈਆਂ ਹੋਈਆਂ ਨੇ ਔਰ ਉਸ ਉਹ ਇਹਦੇ ਬਾਰੇ ਚ ਇੱਕ ਦੂਜੇ ਤੋਂ ਹੋਰ ਜਾਣਕਾਰੀ ਲੈਣਗੇ ਜਿਹਦੇ ਨਾਲ ਸਾਡੇ ਧਰਮ ਦੀ ਔਰ ਸਾਡੀ ਸਿੱਖ ਕੌਮ ਦੀ ਮਤਲਬ ਜਿਹੜੀ ਪਹਿਚਾਣ ਆ ਉਹ ਜ਼ਾਹਰ ਹੋਵੇਗੀ। ਬਹੁਤ ਧੰਨਵਾਦ ਜੀ ਆਪਣੇ ਭਾਈ ਗੁਰਮੀਤ ਸਿੰਘ ਜੀ ਹੁਣੀ ਵੀ ਇਸ ਸਟੂਡੀਓ ਵਿੱਚ ਇਸ ਵੇਲੇ ਹਾਜ਼ਰ ਹਨ, ਸੋ ਇਹਨਾਂ ਨੂੰ ਮੈਂ ਪੁੱਛਾਂਗਾ ਵੀ ਕੁਛ ਕਿਉਂਕਿ ਜਾਣਕਾਰੀ ਤੁਸੀਂ ਉੱਧਰ ਉੱਧਰ ਹੀ ਪਹਿਲਾਂ ਤਾਂ ਕਰਦੇ। ਹਾਂਜੀ ਸੰਧੂ ਸਾਹਿਬ, ਸਾਡੇ ਤਕਰੀਬਨ ਸਾਰੀ ਜਾਣਕਾਰੀ ਜਿੰਨੇ ਵੀ ਗੁਰੂ ਘਰ ਦੇ ਪ੍ਰਬੰਧਕ ਹਨ ਤਕਰੀਬਨ ਤੇ ਸਾਰਿਆਂ ਨੂੰ ਹੈ, ਜਿੱਥੇ ਜਥੇਬੰਦੀਆਂ ਅਸੀਂ ਬੈਠ ਕੇ ਗੱਲ ਕਰ ਚੁੱਕੇ ਹਾਂ ਅਤੇ ਉਹਨਾਂ ਵਿੱਚ ਸਾਰਿਆਂ ਦੀ ਬੜੀ ਵੱਡੀ ਹਮਦਰਦੀ, ਬੜਾ ਵੱਡਾ, ਕਿਉਂਕਿ ਜਿਹੜੀ ਜਥੇਬੰਦੀਆਂ ਉਹ ਦਸਤਾਰ ਖਾਤਰ ਹੀ ਘਰ ਛੱਡੀ ਫਿਰਦੀਆਂ ਨੇ ਅਤੇ ਅਸੀਂ ਸਿਰ ਦਾ ਨਾ ਕੰਮਾਂ ਵਾਸਤੇ। ਅਤੇ ਜੋ 6 ਜੂਨ ਦੀ ਗੱਲ ਹੈ, 6 ਜੂਨ ਨੂੰ ਜਰਮਨ ਦੇ ਵਿੱਚ ਜਿਹੜੀ ਇੰਡੀਅਨ ਕੌਂਸਲੇਟ ਆ ਫਰੈਂਕਫਰਟ ਦੇ ਵਿੱਚ ਉਹਦੇ ਸਾਹਮਣੇ ਸਮੂਹ ਜਥੇਬੰਦੀਆਂ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜੋ 12 ਤੋਂ 2 ਵਜੇ 3 ਵਜੇ ਤੱਕ ਮੁਜ਼ਾਹਰਾ ਕੀਤਾ ਜਾ ਰਿਹਾ, ਅਸੀਂ ਉਹਦੇ ਵਿੱਚ ਸਮੂਹ ਸੰਗਤਾਂ ਨੂੰ ਜੋ ਹਿੰਦੁਸਤਾਨ ਦੀ ਗੌਰਮੈਂਟ ਜੋ ਦਸਤਾਰ ਅਵੇਅਰਨੈਸ ਡੇ ਆਪਾਂ ਅੱਜ ਮਨਾ ਰਹੇ ਹਾਂ ਇਸ ਦਸਤਾਰ ਨੂੰ ਖਤਮ ਕਰਨ ਵਾਸਤੇ ਜੋ ਜੂਨ 1984 ਵਿੱਚ ਜੋ ਘੱਲੂਘਾਰਾ ਵਾਪਰਿਆ ਆਪਾਂ ਸਾਰੇ ਆਪਣੇ ਹੱਡਾਂ 'ਤੇ ਆਪਣੇ 3 ਇਹ ਆਪਾਂ ਹੰਢਾਇਆ ਆਪਣੇ ਉੱਪਰ ਅਤੇ ਇਸ ਨੂੰ ਯਾਦਾ ਕਰਨ ਵਾਸਤੇ ਯਾਦ ਤਾਜ਼ਾ ਕਰਨ ਵਾਸਤੇ ਅਤੇ ਸ਼ਹੀਦ ਹੋਏ ਸਿੰਘਾਂ ਦੀ ਜੋ ਉਹਨੇ ਸੋਚ ਸੀ ਉਹ 'ਤੇ ਪਹਿਰਾ ਦੇਣ ਲਈ ਉਹਨਾਂ ਵੱਲੋਂ ਰਹੇ ਅਧੂਰੇ ਕਾਰਜ ਦੀ ਪ੍ਰਾਪਤੀ ਲਈ ਆਪਾਂ ਜੋ ਵੀ ਆਪਣੇ ਨੇ ਯਤਨਸ਼ੀਲ ਹੋਣਾ ਉਹਦੇ ਵਿੱਚ 6 ਤਰੀਕ ਨੂੰ ਅਤੇ 12 ਤੋਂ 3 ਜੋ ਪ੍ਰੋਗਰਾਮ ਆ ਉਹਦੇ ਵਿੱਚ ਜ਼ਰੂਰ ਪਹੁੰਚ ਕੇ ਜਿਹੜੀ ਜਰਮਨ ਦੀਆਂ ਸੰਗਤਾਂ ਨੇ ਆਪਣੇ ਆਪ ਦੀ ਸ਼ਮੂਲੀਅਤ ਜ਼ਰੂਰ ਕਰਨਾ, ਅਸੀਂ ਇਹ ਵੀ ਇੱਕ ਬੇਨਤੀ ਕਰਦੇ ਹਾਂ। ਠੀਕ ਹੈ ਜੀ ਨਾਮ ਸਿੰਘ ਜੀ, ਹਾਂਜੀ ਮੈਂ ਥੋੜੀ ਜਿਹੀ, ਹਾਂਜੀ ਜਿਹੜਾ ਸਿੱਖ ਚੈਨਲ ਦਾ ਇਹਦੇ ਵਿੱਚ ਬਹੁਤ ਹੀ ਵਧੀਆ ਇੱਕ ਰੋਲ ਆ ਜਿਹਦੇ ਨਾਲ ਮਤਲਬ ਸਾਡੀ ਸਾਰੀ ਗੱਲ ਦੁਨੀਆਂ ਦੇ ਵਿੱਚ ਜਾਣੀ ਆ ਤੇ ਸਰਦਾਰ ਗੁਰਮੀਤ ਸਿੰਘ ਹੋਰੀ ਇਹਨਾਂ ਨੇ ਵੀ ਇੱਕ ਬਹੁਤ ਵਧੀਆ ਉਦਮ ਕੀਤਾ ਔਰ ਜਿਸ ਢੰਗ ਦੇ ਨਾਲ ਸਾਡੀ ਆਪਸ ਵਿੱਚ ਬਹਿ ਕੇ ਗੱਲ ਹੋਈ ਸੀ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਅਸੀਂ ਹਰ ਪੱਖੋਂ ਜਿਹੜੀ ਆ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਾਨੂੰਨ ਵੱਲੋਂ ਹਰ ਢੰਗ ਦੇ ਨਾਲ ਜੋ ਯੋਗ ਮਦਦ ਹੈ ਉਹ ਅਸੀਂ ਕਰਾਂਗੇ ਔਰ ਇੱਥੋਂ ਬਕਾਇਦਾ ਤੌਰ ਤੇ ਸੰਗਤਾਂ ਨੂੰ ਨਾਲ ਲੈ ਕੇ ਜਾਵਾਂਗੇ ਔਰ ਬੱਸ ਦਾ ਅਰੇਂਜਮੈਂਟ ਕਰਾਂਗੇ ਪੂਰਾ ਤੇ ਜਿਹੜਾ ਹੈ ਜੋ ਮਜ਼ਾਰਿਆਂ ਦੀ ਗੱਲ ਆ ਉਹ ਤਾਂ ਹਮੇਸ਼ਾ ਹੀ ਜਿਵੇਂ ਮਤਲਬ ਸਾਡੇ ਇਸ ਗੁਰੂ ਘਰ ਦੀ ਪਹਿਲ ਕਦਮੀ ਆ ਹਮੇਸ਼ਾ ਹੀ ਬਹੁਤ ਬਹੁਤ ਧੰਨਵਾਦ ਨਾਲ ਸਾਰਿਆਂ ਦੀ ਸੇਵਾ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਨਾਮ ਸਿੰਘ ਜੀ, ਤੁਸੀਂ ਇਸੇ ਤਰ੍ਹਾਂ ਫਿਰ ਵੀ ਸਿੱਖ ਚੈਨਲ ਦੇ ਨਾਲ ਜੁੜੇ ਰਹੋ, ਕੋਈ ਨਾ ਕੋਈ ਜਿਹੜੇ ਪ੍ਰੋਗਰਾਮ ਹੈ ਉਹਨਾਂ ਚ ਪਾਰਟਿਸਿਪੇਟ ਕਰੋ। ਧੰਨਵਾਦ ਤੁਹਾਡਾ ਫੋਨ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਕੋਲ ਦੇਦੇ ਹਾਂ ਜੀ, ਇੱਕ ਅਗਲੇ ਕੋਲ ਵੀ ਰੈਡੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਕੌਣ ਬੋਲ ਰਹੇ ਜੀ ਆਪ? ਸਤਪਾਲ ਸਿੰਘ ਪੱਡਾ ਜਰਮਨ ਫਰੈਂਕਫਰਟ ਤੋਂ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਸਿੱਖ ਚੈਨਲ ਤੇ ਜੀ। ਆਪ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੇ ਫਰੈਂਕਫਰਟ ਵਿਖੇ 7 ਜੁਲਾਈ ਦਾ ਪ੍ਰੋਗਰਾਮ ਦਸਤਾਰ ਅਵੇਅਰਨੈਸ ਡੇ ਮਨਾਇਆ ਜਾ ਰਿਹਾ ਉਹਦੇ ਵਿੱਚ ਨਵੇਂ ਪ੍ਰਬੰਧ ਵਿੱਚ ਵੀ ਇਹਨੂੰ ਸੇਵਾ ਮਿਲੀ ਹੈ। ਠੀਕ ਹੈ ਜੀ, ਸੋ ਗੁਰਮੀਤ ਸਿੰਘ ਹੁਣੀ ਕਹਿੰਦੇ ਤੁਸੀਂ ਨਵੇਂ ਪ੍ਰਬੰਧ ਵਿੱਚ ਆਏ ਹੋ ਤੇ ਇਸ ਕਰਕੇ ਬਹੁਤ ਬਹੁਤ ਤੁਹਾਨੂੰ ਇਹਦੀ ਵੀ ਵਧਾਈ ਤੇ ਇਹ ਗੁਰਮੀਤ ਸਿੰਘ ਹੁਣੀ ਤੁਹਾਨੂੰ ਕੁਛ ਬੇਨਤੀਆਂ ਦੇ ਰੂਪ ਵਿੱਚ ਪੁੱਛਣਾ ਚਾਹੁੰਦੇ ਆ, ਸੋ ਮੈਂ ਅਰਜ ਕਰੂ ਤੁਸੀਂ ਕੋਈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਮੀਤ ਸਿੰਘ ਜੀ ਹਾਂਜੀ, ਤੇ ਜੋ ਆਪਣਾ 7 ਤਰੀਕ ਨੂੰ ਪ੍ਰੋਗਰਾਮ ਮਨਾ ਰਿਹਾ ਵੈਸੇ ਤੁਹਾਡੇ ਵੱਲੋਂ ਬਹੁਤ ਵੱਡਾ ਉਤਸ਼ਾਹ ਹੈ ਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਤੁਹਾਡੇ ਸਿਰ 'ਤੇ ਨੇ ਕੋ ਫਰੈਂਕਫਰਟ ਗੁਰੂ ਘਰ 'ਤੇ, ਅਤੇ ਤੁਸੀਂ ਪਹਿਲਾਂ ਵੀ ਸਾਡੇ ਜਿਸ ਤਰ੍ਹਾਂ ਆਪਣਾ ਸਿੱਖ ਪੰਥ ਦੇ ਤੁਹਾਡੇ ਆਪਣੇ ਪਰਿਵਾਰ ਦੇ ਬੜੀ ਵੱਡੀ ਦੇਣ ਹੈ, ਤੁਹਾਡੇ ਭਾਈ ਸਾਹਿਬ ਉਹਨੂੰ ਸ਼ਹੀਦ ਹੋਏ ਨੇ, ਬਹੁਤ ਕੁਛ ਤੁਸੀਂ ਆਪਣੇ ਪਿੰਡ 'ਤੇ ਹੰਢਾਇਆ ਇਸ ਦਸਤਾਰ ਨੂੰ ਬਰਕਰਾਰ ਰੱਖਣ ਵਾਸਤੇ, ਅਤੇ ਅਸੀਂ ਤੁਸੀਂ ਜੋ ਇਹ ਪ੍ਰੋਗਰਾਮ ਆਪਣਾ 7 ਜੁਲਾਈ ਵਾਲਾ ਕਾਫੀ ਤੁਹਾਡਾ ਸਹਿਯੋਗ ਹੈ ਅਤੇ ਤੁਸੀਂ ਇਹਦੇ ਪ੍ਰਤੀ ਜੋ ਕੱਲ੍ਹ ਗੱਲਬਾਤ ਜੋ ਸੰਗਤਾਂ ਵਿੱਚ ਹੋਈ ਹੈ ਉਹਦੇ ਬਾਰੇ ਕੁਛ ਸੰਗਤਾਂ ਨੂੰ ਦੱਸੋਗੇ ਤੁਸੀਂ ਕੀ ਸੰਗਤਾਂ ਦੇ ਵਿਚਾਰ ਨੇ? ਹਾਂਜੀ ਦਾਸ, ਸਭ ਤੋਂ ਪਹਿਲਾਂ ਤਾਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬੜਾ ਸਾਨੂੰ ਮਾਣ ਆ ਇਹਨਾਂ ਦੇ ਉੱਤੇ ਜਿਹੜੇ ਸਿੱਖਾਂ ਦੀ ਆਵਾਜ਼ ਜਿਹੜੀ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਂਦੇ ਆ ਤੇ ਬੜੇ ਅਸੀਂ ਇਹਨਾਂ ਦੇ ਧੰਨਵਾਦੀ ਵੀ ਹਾਂ। ਹੋਰ ਜੋ ਜਿਹੜਾ 7 ਤਰੀਕ ਆਪਣੇ 7 ਜੁਲਾਈ ਨੂੰ 2012 ਨੂੰ ਜੋ ਪ੍ਰੋਗਰਾਮ ਜਿਹੜਾ ਦਸਤਾਰ ਦੇ ਫਰੈਂਕਫਰਟ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਵਧੀਆ ਜਿਹਾ ਸ਼ਲਾਘਾਯੋਗ ਕਦਮ ਹੈ ਇਹੋ, ਅਸੀਂ ਤਨੋ ਮਨੋ ਨਾਲ ਹਾਂ। ਜਿੰਨਾ ਵੀ ਸਹਿਯੋਗ ਹੋਊਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਸੀਂ ਜੋ ਵੀ ਹੈ ਸਹਿਯੋਗ ਜੋ ਉੱਥੇ ਕਰਾਂਗੇ, ਹਰ ਹੀਲੇ ਜਿੱਦਾਂ ਵੀ ਜੋ ਵੀ ਸੰਗਤਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਕੋਈ ਵੀ ਹਰ ਜਿਹੜੀ ਪੂਰੀ ਕਰਾਂਗੇ। ਹੋਰ ਵੀ ਜਿਹੜੀਆਂ ਸੰਗਤਾਂ ਜਿਹੜੀਆਂ ਇੱਧਰੋਂ ਉੱਧਰੋਂ ਦੂਰੋਂ ਨੇੜਿਓਂ ਜਿਹੜੀਆਂ ਨਹੀਂ ਪਹੁੰਚ ਸਕਦੀਆਂ ਉਹਨਾਂ ਨੂੰ ਲੈ ਕੇ ਵੀ ਪਹੁੰਚਾਂਗੇ।
ਸੋ ਅਸੀਂ ਧੰਨਵਾਦੀ ਆ, ਤੁਹਾਡੇ ਵੀ ਧੰਨਵਾਦੀ ਆ ਸਰਦਾਰ ਗੁਰਮੀਤ ਸਿੰਘ ਜੀ, ਬਹੁਤ ਜੀ ਬਹੁਤ ਧੰਨਵਾਦ ਤੁਹਾਡਾ ਸੈਕਟ ਚੈਨਲ ਤੇ ਮਿਹਨਤ ਕਰ ਰਿਹਾ ਸੈਕਟ ਚੈਨਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੋ ਇਸੇ ਤਰ੍ਹਾਂ ਹੀ ਤੁਸੀਂ ਫਿਰ ਵੀ ਜੁੜੇ ਰਹਿਣਾ ਸਿੱਖ ਚੈਨਲ ਦੇ ਨਾਲ। ਹੁਣ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਕਿਉਂਕਿ ਮੈਂ ਤੁਹਾਡੇ ਤੋਂ ਵੀ ਵਿਚਾਰ ਲੈਣਾ ਚਾਹੁੰਦਾ, ਆਪਣੇ ਕੋਲ ਕੂਲਰ ਪਹਿਲਾਂ ਰੈਡੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਮੈਨੂੰ ਲੱਗਦਾ ਕੋਲ ਡਰਾਪ ਹੋ ਗਈ। ਬਾਬਾ ਜੀ ਤੁਸੀਂ ਕਿਉਂਕਿ ਇੰਨੀਆਂ ਕਾਲਾਂ ਆ ਰਹੀਆਂ ਦਸਤਾਰ ਅਵੇਅਰਨੈਸ ਦੇ ਤੇ, ਤੁਸੀਂ ਦੇਖੋ ਮੈਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦਾ ਕਿ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਐਂ ਲੱਗ ਰਿਹਾ ਸਮਾਗਮ ਦੇ ਵਿੱਚ ਵੀ ਜਿਵੇਂ ਸਪੈਸ਼ਲ ਜਰਮਨ ਵਾਲਿਆਂ ਨੂੰ ਹੀ ਕਾਲਾਂ ਵਾਸਤੇ ਕਿਹਾ ਗਿਆ ਹੁੰਦਾ, ਜਿਵੇਂ ਪਹਿਲਾਂ ਵੀ ਤੁਸੀਂ ਕਾਲਾਂ ਕਰਨੀਆਂ ਨੇ। ਮਤਲਬ ਇਹਦੇ ਤੋਂ ਮੈਨੂੰ ਐਂ ਲੱਗ ਰਿਹਾ ਭਾਵੇਂ ਉਹ ਆਪਣੀ ਮਰਜ਼ੀ ਨਾਲ ਕਰ ਰਹੇ ਆ, ਉਹਨਾਂ 'ਚ ਉਤਸ਼ਾਹ ਹੀ ਇੰਨਾ ਵਾ ਕਿ ਸਾਡੇ ਫਰੈਂਕਫਰਟ ਦੇ ਅੰਦਰ 7 ਜੁਲਾਈ ਨੂੰ ਦਸਤਾਰ ਡੇ ਹੋ ਰਿਹਾ, ਦਸਤਾਰ ਅਵੇਅਰਨੈਸ ਡੇ, ਤੇ ਇਸ ਗੱਲ ਦੀ ਮੈਂ ਵਧਾਈ ਦੇਣੀ ਚਾਹੁੰਦਾ। ਔਰ ਸਾਰੀਆਂ ਤਕਰੀਬਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਜਿਹੜੇ ਆ ਉਹ ਕੌਲਾਂ ਤੇ ਆਏ ਆ, ਤੇ ਉਹ ਸਾਰੇ ਇੱਕ ਜਿਹੜਾ ਉਹਨਾਂ ਦੱਸਿਆ ਵੀ ਅਸੀਂ ਜਥੇਬੰਦਕ ਰੂਪ ਚ ਬੜੇ ਸਾਰੇ ਏਕਤਾ ਦੇ ਨਾਲ ਇਸ ਦਸਤਾਰ ਅਵੇਅਰਨੈਸ ਡੇ ਨੂੰ ਮਨਾ ਰਹੇ ਆ। ਇਹ ਬੜੀ ਖੁਸ਼ੀ ਦੀ ਗੱਲ ਆ, ਜਿੱਥੇ ਮੈਂ ਆਪਣੇ ਵੱਲੋਂ ਪਹਿਲਾਂ ਸੋਚ ਰਿਹਾ ਸੀ ਕਿ ਮੈਂ ਜਰਮਨ ਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ, ਉਹਨਾਂ ਸਾਰੀਆਂ ਸੰਗਤਾਂ ਨੂੰ ਸੱਦਾ ਦਊਂਗਾ ਕਿ ਉਹ ਸਾਰੀ 7 ਜੁਲਾਈ ਨੂੰ ਗੁਰਦੁਆਰਾ ਫਰੈਂਕਫੋਰਟ ਸਾਹਿਬ ਜਿੱਥੇ ਵੀ ਇਹ ਜਗ੍ਹਾ ਰੱਖੀ ਆ ਫਰੈਂਕਫੋਰਟ ਦੇ ਵਿੱਚ, ਵੀ ਉਸ ਜਗ੍ਹਾ ਤੇ ਕੇਸਰੀ ਦਸਤਾਰਾਂ ਤੇ ਕੇਸਰੀ ਚੁੰਨੀਆਂ ਤੇ ਦਸਤਾਰਾਂ ਲੈ ਸਜਾ ਕੇ ਬੀਬੀਆਂ ਵੀ ਔਰ ਵੀਰ ਵੀ ਸਾਰੇ ਉੱਥੇ ਪਹੁੰਚਣ। ਪਰ ਮੈਨੂੰ ਇਹ ਜਿਹੜੀਆਂ ਕੌਲਾਂ ਆ ਰਹੀਆਂ ਇਹਨਾਂ ਤੋਂ ਦੇਖ ਕੇ ਪਤਾ ਲੱਗ ਗਿਆ ਵੀ ਹੁਣ ਸੱਦਾ ਦੇਣ ਦੀ ਲੋੜ ਨਹੀਂ, ਸੰਗਤਾਂ ਤੇ ਆਪਣੇ ਆਪ ਹੀ ਉਤਸ਼ਾਹ ਆ, ਸੰਗਤਾਂ ਜਿਹੜੀਆਂ ਨੇ ਆਪਣੇ ਆਪ ਹੀ ਉਤਸ਼ਾਹਿਤ ਨੇ ਵੀ ਅਸੀਂ 7 ਜੁਲਾਈ ਨੂੰ ਉੱਥੇ ਵੱਡੀ ਗਿਣਤੀ 'ਚ ਪਹੁੰਚਣਾ। ਤੇ ਜਿਹੜਾ ਭਾਈ ਰੇਸ਼ਮ ਸਿੰਘ ਹੋਣਾ ਨੇ ਖਿਆਲ ਦਿੱਤਾ ਬੜਾ ਸ਼ਲਾਘਾਯੋਗ ਆ ਕਿ ਆਪਾਂ ਇਸ ਪ੍ਰੋਗਰਾਮ ਚੋਂ ਕੁਝ ਰਿਜ਼ਲਟ ਕੱਢੀਏ। ਅਸੀਂ ਜਦੋਂ ਵੀ ਕੋਈ ਕਾਰਜ ਕਰਦੇ ਹਾਂ ਦੁਨਿਆਵੀ ਕੰਮ ਕਾਰਜ 10 ਰੁਪਈਏ ਲਾਉਂਦੇ ਹਾਂ ਤੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਲਾਭ ਕਿੰਨਾ ਲੈਣਾ, ਸਾਨੂੰ ਇਹ 'ਚ ਫਾਇਦਾ ਪ੍ਰੋਫਿਟ ਕੀ ਹੋਇਆ। ਹੁਣ ਇੰਨਾ ਵੱਡਾ ਖਰਚ ਕਰਨਾ, ਇੰਨੇ ਸ਼ੋਅ ਹੋ ਰਹੇ ਆ, ਇੰਨਾ ਉੱਥੇ ਤੁਸੀਂ ਜਿਹੜਾ ਹੈਗਾ ਦਿਨ ਰਾਤ ਵਰਕ ਕਰ ਰਹੇ ਹੋ, ਸੰਗਤਾਂ ਹਜ਼ਾਰਾਂ ਇਕੱਤਰ ਹੋਣੀਆਂ, ਉਹਦੀ ਜਿਹੜੀ ਆਊਟਪੁੱਟ ਆ ਕੁਛ ਨਿਕਲਣੀ ਚਾਹੀਦੀ ਆ। ਜਿਵੇਂ ਉਹਨਾਂ ਨੇ ਦੱਸਿਆ ਵੀ ਕੋਈ 200-400 ਨੌਜਵਾਨ ਪੱਕੀਆਂ ਦਸਤਾਰਾਂ ਬੰਨਣ ਵਾਲੇ ਉੱਥੇ ਮਤਲਬ ਆਉਣ, ਇਹ ਬਹੁਤ ਵੱਡੀ ਗੱਲ। ਮੈਂ ਜਦੋਂ ਇੰਡੀਆ 'ਚ ਸਮਾਗਮ ਕਰਦਾ ਨਾ ਧਾਰਮਿਕ ਦੀਵਾਨ, ਤੇ ਹਰ ਦੀਵਾਨ ਦੇ ਤਕਰੀਬਨ ਦੂਜੇ ਤੀਜੇ ਦਿਨ ਅੰਮ੍ਰਿਤ ਸੰਚਾਰ ਰੱਖੀਦਾ ਕਿ ਜਿਹੜੀ ਅਸੀਂ ਫਸਲ 2-3 ਦਿਨ ਬੀਜੀ ਆ, ਜਿਹੜਾ ਇੱਥੇ ਪ੍ਰਚਾਰ ਹੋਇਆ ਪਹਿਲਾਂ ਵੀ ਉਹਦਾ ਝਾੜ ਕੀ ਨਿਕਲਿਆ, ਅੰਮ੍ਰਿਤ ਛਕਣ ਲਈ ਕਿੰਨੇ ਤਿਆਰ ਹੋਏ ਆ, ਦਾੜਾ ਕੇਸ ਰੱਖਣ ਲਈ ਤਿਆਰ ਕਿੰਨੇ ਹੋਏ, ਨਸ਼ਾ ਛੱਡਣ ਲਈ ਕਿੰਨੇ ਤਿਆਰ ਹੋਏ, ਤੇ ਸਾਨੂੰ ਹਰ ਸਮਾਗਮ ਦੀ ਆਊਟਪੁੱਟ ਮਿਲਦੀ ਆ। ਬਹੁਤ ਸਾਰੇ ਜਿਹੜੇ ਨਸ਼ਾ ਛੱਡਦੇ ਆ, ਪਤਤ ਪੁਣਾ ਛੱਡਦੇ ਆ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਦੇ ਆ ਪੰਜ ਪਿਆਰੇ ਸਾਹਿਬਾਨਾਂ ਕੋਲੋਂ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜਿਵੇਂ ਅਸੀਂ ਉੱਥੇ ਇਸੇ ਤਰੀਕੇ ਨਾਲ ਭਾਈ ਰੇਸ਼ਮ ਸਿੰਘ ਹੋਣਾ ਜਿਹੜਾ ਖਿਆਲ ਦਿੱਤਾ ਬੜਾ ਸ਼ਲਾਘਾਯੋਗ ਆ ਕਿ ਸਾਨੂੰ ਆਊਟਪੁੱਟ ਕੱਢਣੀ ਚਾਹੀਦੀ ਹੈ ਸਮਾਗਮ ਦੀ। ਇਹ ਸਾਰਾ ਜਰਮਨ ਦੀਆਂ ਸੰਗਤਾਂ 'ਚ ਬੜਾ ਭਾਰੀ ਉਤਸ਼ਾਹ ਮੈਂ ਦੇਖ ਰਿਹਾ। ਜਦੋਂ ਪਿਛਲਾ ਦਸਤਾਰ ਡੇ ਮਨਾਇਆ ਸੀ ਪਿਛਲੇ ਸਾਲ ਸਿੱਖ ਚੈਨਲ ਵੱਲੋਂ, ਤਾਂ ਮੈਂ ਸਪੈਸ਼ਲ 2-4 ਦਿਨ ਲਈ ਇੱਥੇ ਲੰਡਨ ਆਇਆ ਸੀਗਾ, ਇੰਗਲੈਂਡ ਆਇਆ ਸੀ, ਔਰ ਉਸ ਦਸਤਾਰ ਡੇ 'ਚ ਮੈਂ ਪਾਰਟੀਸਪੇਟ ਕੀਤਾ ਸੀਗਾ, ਮੈਂ ਸੰਗਤਾਂ ਦੇ ਨਾਲ ਸ਼ਾਮਿਲ ਹੋਇਆ ਸੀਗਾ, ਔਰ ਉਦੋਂ ਇਟਲੀ ਦੇ ਅੰਦਰ ਵੀ ਹੋਇਆ ਸੀ, ਇਟਲੀ 'ਚ ਵੀ ਹਜ਼ਾਰਾਂ ਸੰਗਤਾਂ ਜੁੜੀਆਂ ਸੀ ਤੇ ਇੱਥੇ ਲੰਡਨ 'ਚ ਵੀ। ਤੇ ਇਸੇ ਤਰ੍ਹਾਂ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿੰਨੇ ਪ੍ਰੋਗਰਾਮ ਆ ਸਿੱਖੀ ਦੀ ਅਵੇਅਰਨੈਸ ਲਈ, ਸਿੱਖੀ ਦੀ ਚੜ੍ਹਦੀ ਕਲਾ ਲਈ, ਸਾਰੇ ਜਥੇਬੰਦੀਆਂ ਨੂੰ ਸਾਰੇ ਸਿੱਖਾਂ ਨੂੰ ਇਹਨਾਂ 'ਚ ਪਾਰਟੀਸਪੇਟ ਕਰਨੀ ਚਾਹੀਦੀ ਆ। ਚਾਹੇ ਜਿਵੇਂ ਉਹ ਦੱਸ ਰਹੇ ਸੀਗੇ 6 ਜੂਨ ਨੂੰ ਅਸੀਂ ਉੱਥੇ ਮੁਜ਼ਾਹਰਾ ਕਰ ਰਹੇ ਜਰਮਨ ਦੇ ਅੰਦਰ, ਤੇ ਜੂਨ 84 ਜੋ ਸਾਡਾ ਘੱਲੂਘਾਰਾ ਵਰਤਿਆ ਸਾਡੇ ਤੇ ਉਹਦੇ ਖਿਲਾਫ ਭਾਰਤੀ ਗੌਰਮੈਂਟ ਦੇ, ਔਰ ਇਸੇ ਤਰ੍ਹਾਂ ਇੱਥੇ 10 ਜੂਨ ਨੂੰ ਲੰਡਨ ਹਾਈਡ ਪਾਰਕ ਵਿਖੇ ਹੋ ਰਿਹਾ, ਤੇ ਉੱਥੇ ਵੀ ਸਮੂਹ ਸੰਗਤਾਂ ਜਥੇਬੰਦੀਆਂ ਸਮੂਹ ਮੀਡੀਏ ਦੇ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਕਿ ਅਸੀਂ ਆਪਣੀ ਆਵਾਜ਼ ਚੜ੍ਹਦੀ ਕਲਾ ਲਈ ਬੁਲੰਦ ਕਰੀਏ। ਜੋ ਸਾਡੇ ਨਾਲ ਬੇਇਨਸਾਫੀ ਹੋਈ ਆ, ਧੱਕੇਸ਼ਾਹੀ ਹੋਈ ਆ, ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ, ਕਤਲ ਹੋਇਆ, ਅਸੀਂ ਉਹਨਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ, ਹਿਊਮਨ ਰਾਈਟ ਦੀ ਗੱਲ ਕਰੀਏ ਉਸ ਜਗ੍ਹਾ ਤੇ ਜਾ ਕੇ। ਔਰ ਇਸੇ ਤਰ੍ਹਾਂ ਇਹ ਜਿਹੜਾ ਦਸਤਾਰ ਦੇ ਵੀ ਸਾਡਾ ਇੱਕ ਹਿਊਮਨ ਰਾਈਟ ਆ, ਮਨੁੱਖੀ ਅਧਿਕਾਰ ਆ ਸਾਡਾ, ਸਾਨੂੰ ਗੁਰੂ ਸਾਹਿਬਾਨ ਨੇ ਦਸਤਾਰ ਬਖਸ਼ਿਸ਼ ਕੀਤੀ, ਸਾਬਤ ਸੂਰਤ ਦਸਤਾਰ ਸਿਰਾ, ਦਸਤਾਰ ਸਾਡੀ ਸ਼ਾਨ ਦੀ ਪ੍ਰਤੀਕ ਆ, ਤੇ ਸਾਡੇ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀ ਕੇ ਜਿੱਥੇ ਸਰਦਾਰੀਆਂ ਤੇ ਦਸਤਾਰਾਂ ਸਤਿਗੁਰਾਂ ਤੋਂ ਬਖਸ਼ਿਸ਼ ਲਈਆਂ ਨੇ, ਅਸੀਂ ਇਹਨਾਂ ਨੂੰ ਸੰਭਾਲੀਏ। ਜਿਵੇਂ ਸਾਡੇ ਗਾਉਣ ਵਾਲੇ ਵੀਰ ਵੀ ਕਈ ਜਿਹੜੇ ਧਾਰਮਿਕ ਤੌਰ ਤੇ ਜਦੋਂ ਕੈਸਟਾਂ ਕੱਢਦੇ ਉਹਨਾਂ 'ਚ ਦਸਤਾਰ ਤੇ ਗਾਣੇ, ਇੱਕ ਕਿਸੇ ਗਾਉਣ ਵਾਲੇ ਵੀਰ ਨੇ ਗਾਇਆ ਸੌਖੀ ਨਹੀਂ ਮਿਲਦੀ ਤੈਨੂੰ ਇਹ ਪਗੜੀ ਸਰਦਾਰਾ, ਮਤਲਬ ਵੀ ਇਹ ਸੌਖੀਆਂ ਨਹੀਂ ਮਿਲੀਆਂ ਸਾਨੂੰ,
किसी विद्वान ने भी लिखिया गांधी वांग नहीं चरखे चलाए असी असी खुद चरखड़िया ते चढ़े हुए हां जिन्हां स्कूलों विच सिरां दी फीस लगे असी उन्हां स्कूलों दे पढ़े हुए हां नहीं डरपोक अहिंसा दे पुजारियां वांग असी खून विच लाइयां तारियां ने लोकी एवें नहीं सानू सरदार कहिंदे सिर दे के लइयां सरदारियां ने ਇਹ ਸਰਦਾਰੀਆਂ ਦਸਤਾਰਾਂ ਜਿਹੜੀਆਂ ਕੁਰਬਾਨੀਆਂ ਦੇ ਨਾਲ ਸਾਨੂੰ ਮਿਲੀਆਂ ਤੇ ਇਹ ਦਸਤਾਰ ਦੀ ਜਿਹੜੀ ਅਵੇਅਰਨੈਸ ਆ ਔਰ ਸਿੱਖੀ ਦੀ ਚੜ੍ਹਦੀ ਕਲਾ ਲਈ ਇਹ ਸਾਨੂੰ ਆਪੋ ਆਪਣਾ ਯੋਗਦਾਨ ਸਾਰਿਆਂ ਨੂੰ ਪਾਉਣਾ ਚਾਹੀਦਾ ਇਹ ਸਿੱਖ ਚੈਨਲ ਵੱਲੋਂ ਬੜਾ ਸ਼ਲਾਘਾ ਯੋਗ ਉੱਦਮ ਆ ਸੰਗਤਾਂ ਦੇ ਸਹਿਯੋਗ ਨਾਲ ਤੇ ਜਿਹੜਾ ਇਹ ਜਰਮਨ ਦੇ ਵਿੱਚ ਰੱਖਿਆ ਗਿਆ ਇਹ ਜਰਮਨ ਦੀਆਂ ਸੰਗਤਾਂ ਦੇ ਉਤਸ਼ਾਹ ਤੋਂ ਲੱਗ ਰਿਹਾ ਵੀ ਉੱਥੇ ਹਜ਼ਾਰਾਂ ਸੰਗਤਾਂ ਜੁੜਨਗੀਆਂ ਔਰ ਜੁੜਨਾ ਵੀ ਚਾਹੀਦਾ ਤੇ ਉਹਦੀ ਆਊਟਪੁੱਟ ਵੀ ਨਿਕਲਣੀ ਚਾਹੀਦੀ ਹੈ। ਬਾਬਾ ਜੀ ਬਹੁਤ ਵਧੀਆ ਤੁਸੀਂ ਦੱਸਿਆ ਤੇ ਨਾਲ ਦੀ ਨਾਲ ਕਿਉਂਕਿ ਅਸੀਂ ਚਾਹੁੰਦੇ ਹਾਂ ਜਿਵੇਂ ਪ੍ਰਬੰਧਕ ਵੀ ਕਹਿ ਰਹੇ ਆ ਜਰਮਨ ਦੇ ਵਿੱਚੋਂ ਵੀ ਸਾਰੇ ਸਾਰਾ ਬਣ ਗਿਆ ਉਹ ਤੇ ਤੁਸੀਂ ਆਪਣੇ ਤੌਰ 'ਤੇ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਪੱਤਰ ਕਰੋ ਵੀ ਉਸ ਦਿਨ ਜਿੰਨੇ ਵੀ ਸਿੰਘ ਬੀਬੀਆਂ ਆਉਂਦੀਆਂ ਸਾਰੇ ਦੇ ਸਾਰੇ ਦਸਤਾਰ ਕਿਉਂਕਿ ਚੁੰਨੀਆਂ ਲੈ ਕੇ ਜਿਹੜੇ ਕੇਸਰੀ ਅੰਗ ਦੀਆਂ ਦਸਤਾਰਾਂ ਸਜਾ ਕੇ ਆਉਣ ਚਾਹੇ ਉਹ ਦੇਖੋ ਮੈਂ ਤਾਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਵੀ ਚਾਹੇ ਉਹ ਵੀਰ ਆ ਚਾਹੇ ਭੈਣਾਂ ਨੇ ਦਸਤਾਰਾਂ ਸਜਾ ਕੇ ਕੇਸਰੀ ਤੇ ਕੇਸਰੀ ਚੁੰਨੀਆਂ ਲੈ ਕੇ ਮਤਲਬ ਉੱਥੇ ਜਿਹੜਾ ਫਰੈਂਕਫਰਟ ਆ ਕੇਸਰੀ ਰੰਗ ਨਾਲ ਰੰਗਿਆ ਹੋਵੇ ਬਿਲਕੁਲ ਜਿਵੇਂ ਕੇਸਰੀ ਰੰਗ ਹੀ ਚਾਰ ਸਫੇਰੇ ਇੱਥੇ ਕੇਸਰੀ ਲਹਿਰ ਚੱਲੀ ਹੋਈ ਹੈ ਇੰਗਲੈਂਡ ਦੇ ਅੰਦਰ ਉਹ ਸਿੰਘ ਦਸਖਤ ਕਰਾ ਰਹੇ ਹਿਊਮਨ ਰਾਈਟ ਮਨੁੱਖੀ ਅਧਿਕਾਰਾਂ ਲਈ ਕਿ ਜੋ ਸਾਡਾ ਕਾਂਡ ਹੋਇਆ ਸਾਡੇ ਸਿੰਘ ਜੇਲ੍ਹਾਂ 'ਚ ਬੰਦ ਆ ਉਹਨਾਂ ਦੀ ਰਿਹਾਈ ਕਰਾਉਣੀ ਫਾਂਸੀਆਂ ਰੱਦ ਕਰਾਉਣੀਆਂ ਜਿਵੇਂ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਖਿਆ ਕਿ ਹਰ ਸਿੱਖ ਕੇਸਰੀ ਝੰਡਾ ਚਲਾਵੇ ਆਪਣੇ ਘਰ 'ਤੇ ਤੋ ਕੇਸਰੀ ਲਹਿਰ ਜਿਹੜਾ ਕੇਸਰੀ ਵਰਤਾਰਾ ਵਰਤ ਰਿਹਾ ਇਹ ਗੁਰੂ ਸਾਹਿਬਾਨ ਦਾ ਹੀ ਬਖਸ਼ਿਆ ਹੋਇਆ ਕੋਈ ਵੀ ਸਿੱਖ ਆਗੂ ਜਾਂ ਕੋਈ ਸਿੱਖ ਜਦੋਂ ਇਸ ਗੱਲ ਦੀ ਹੁਲਾਰਾ ਮਾਰਦਾ ਅੰਬਲਾ ਮਾਰਦਾ ਤੇ ਸਾਨੂੰ ਉਦੋਂ ਜਾਗਰਤੀ ਆਉਂਦੀ ਆ ਇਹ ਬਖਸ਼ੇ ਸਾਰੇ ਗੁਰੂ ਦੇ ਸਿਧਾਂਤ ਹੀ ਆ ਗੁਰੂ ਦੀਆਂ ਬਖਸ਼ਿਸ਼ਾਂ ਨੇ ਸਾਡੇ ਤੇ ਇਸ ਕਰਕੇ ਮੈਂ ਬੇਨਤੀ ਕਰੂੰਗਾ ਜਰਮਨ 'ਚ ਵੱਸਦੀਆਂ ਸੰਗਤਾਂ ਨੂੰ ਕਿ ਉਹ ਸਾਰੇ ਵਧੀਆ ਚੜ੍ਹਦੀ ਕਲਾ ਦੇ ਨਾਲ ਮੈਂ ਗਿਆ ਜਰਮਨ ਦੇ ਅੰਦਰ ਮੈਂ ਇੱਕ ਵਾਰ ਧਰਮ ਪ੍ਰਚਾਰ ਦਾ ਦੌਰਾ ਜਰਮਨ ਦੀ ਧਰਤੀ ਤੇ ਕੀਤਾ ਭਾਈ ਗੁਰਮੀਤ ਸਿੰਘ ਨਿਆਣ ਹੁਣੀ ਵੀ ਮੈਨੂੰ ਉੱਥੇ ਮਿਲੇ ਸੀ ਆ ਭਾਈ ਰੇਸ਼ਮ ਸਿੰਘ ਹੁਣੀ ਭਾਈ ਸਤਨਾਮ ਸਿੰਘ ਬੱਬਰ ਬੋਲ ਕੇ ਗਏ ਆ ਭਾਈ ਅਵਤਾਰ ਸਿੰਘ ਨੇ ਉੱਥੇ ਕਬੀਸਰ ਸਾਹਿਬ ਭਾਈ ਬਲਵੀਰ ਸਿੰਘ ਨੇ ਉੱਥੇ ਆਪਣਾ ਕੂਲਣ ਦੇ ਅੰਦਰ ਮੈਨੂੰ ਬਹੁਤ ਸਾਰੇ ਸਿੰਘ ਉੱਥੇ ਮਿਲੇ ਜਿਹਨਾਂ ਨੂੰ ਮੈਂ ਨਾਂ ਤੌਰ 'ਤੇ ਜਾਣਦਾ ਅਤੇ ਉੱਥੇ ਮੈਂ ਪ੍ਰੋਗਰਾਮ ਹਮਬਰਗ ਦੇ ਵਿੱਚ ਵੀ ਮੈਂ ਗਿਆ ਉੱਥੇ ਵੀ ਪ੍ਰੋਗਰਾਮ ਕੀਤੇ ਸੋ ਬੜਾ ਚੜ੍ਹਦੀ ਕਲਾ ਦੇ ਨਾਲ ਸਿੱਖ ਉੱਥੇ ਰਹਿੰਦੇ ਆ ਔਰ ਮੈਨੂੰ ਇਹ ਪੂਰੀ ਆਸ ਆ ਕਿ ਉਹ ਕੇਸਰੀ ਦਸਤਾਰਾਂ ਸਜਾ ਕੇ 7 ਜੁਲਾਈ ਨੂੰ ਫਰੈਂਕਫਰਟ ਵਿਖੇ ਚੜ੍ਹਦੀ ਕਲਾ ਦੇ ਨਾਲ ਪਹੁੰਚਣ। ਇਸੇ ਤਰ੍ਹਾਂ ਭਾਈ ਹਰਵਿੰਦਰ ਸਿੰਘ ਜੀ ਬੱਬਰ ਉਹਨਾਂ ਦਾ ਵੀ ਕੱਲ੍ਹ ਟੈਲੀਫੋਨ ਆਇਆ ਸੀ ਵੀ ਮੈਂ ਜਰਮਨੀ 'ਚੋਂ ਬਾਹਰ ਹਾਂ ਅਤੇ ਮੇਰਾ ਵੀ ਸੰਗਤਾਂ ਨੂੰ ਇਹ ਬੇਨਤੀ ਦੱਸਿਓ ਵੀ ਉਸ ਦਿਨ ਵੱਧ ਤੋਂ ਵੱਧ ਅਸੀਂ ਆ ਰਹੇ ਹਾਂ ਸਾਰੇ ਸਾਰੇ ਦੱਸ ਹੀ ਗਏ ਜਥੇਬੰਦੀਆਂ ਜਿੰਨੀਆਂ ਨੇ ਤਕਰੀਬਨ ਕੋਈ ਕਿਸੇ ਤਰ੍ਹਾਂ ਦਾ ਕੋਈ ਵਖਰੇਵਾਂ ਨਹੀਂ ਆ ਉੱਥੇ ਸਾਰੀਆਂ ਸੰਗਤਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਦਾ ਫਰਜ਼ ਬਣਦਾ ਸੰਗਤਾਂ ਨੂੰ ਲਿਆਉਣਾ ਕਿਉਂਕਿ ਕਈ ਵਾਰ ਸੰਗਤਾਂ ਆਉਣਾ ਚਾਹੁੰਦੀਆਂ ਪ੍ਰਬੰਧ ਨਹੀਂ ਬਣਦਾ ਤੇ ਉਹ ਜਿਹੜਾ ਪ੍ਰਬੰਧ ਕਰ ਰਹੇ ਆ ਉਹ ਉਹਨਾਂ ਦੇ ਪ੍ਰਬੰਧ ਵੀ ਸ਼ਲਾਘਾਯੋਗ ਹੋਣੇ ਚਾਹੀਦੇ ਔਰ ਪ੍ਰਬੰਧ ਹੋਣੇ ਚਾਹੀਦੇ ਸੰਗਤਾਂ ਨੂੰ ਉੱਥੇ ਲਿਆਉਣ ਲਈ ਤੇ ਉਹ ਸਾਰੇ ਜਿਵੇਂ ਮੈਂ ਦੇਖ ਰਿਹਾ ਕਿ ਅਜਲੀਆਂ ਕੌਲਾਂ ਆਈਆਂ ਤਕਰੀਬਨ ਜਰਮਨ 'ਚੋਂ ਸੀ ਸਾਰੀਆਂ ਤੇ ਸੰਗਤਾਂ 'ਚ ਬੜਾ ਉਤਸ਼ਾਹ ਆ ਬਾਕੀ ਭਾਈ ਗੁਰਮੀਤ ਸਿੰਘ ਲੰਬੇ ਸਮੇਂ ਤੋਂ ਉੱਥੇ ਕੰਮ ਕਰ ਰਹੇ ਆ ਸੰਗਤਾਂ ਦਾ ਪ੍ਰੇਮ ਪਿਆਰ ਬਣਿਆ ਹੋਇਆ ਚੜ੍ਹਦੀ ਕਲਾ ਨਾਲ ਸੰਗਤਾਂ ਆਉਣਗੀਆਂ। ਦੂਸਰੀ ਗੱਲ ਇਹ ਨਾ ਜਿਹੜਾ ਪ੍ਰੋਗਰਾਮ ਦਸਤਾਰ ਅਵੇਅਰਨੈਸ ਡੇ ਹੈ ਇਹ ਪ੍ਰੋਗਰਾਮ ਠੋਸੇ ਹੋਏ ਪ੍ਰੋਗਰਾਮ ਨਹੀਂ ਹੈ ਜੀ। ਅਸੀਂ ਪ੍ਰੋਗਰਾਮ ਨੂੰ ਪਹਿਲਾਂ ਲੈ ਕੇ ਸਾਰੇ ਜਥੇਬੰਦੀਆਂ ਨਾਲ ਤੇ ਸਮੂਹ ਗੁਰੂ ਘਰ ਪ੍ਰਬੰਧਕਾਂ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਜਾਂ ਪ੍ਰਧਾਨ ਸਾਹਿਬਾਨ ਨੇ ਸਾਰਿਆਂ ਨਾਲ ਹੀ ਸਲਾਹ ਕਰਕੇ ਨੇ ਵੀ ਅਜੇ ਵੀ ਅਸੀਂ ਇਹਦੇ ਵਿੱਚ ਕੋਈ ਵੀ ਮੈਂ ਇੱਕ ਬੇਨਤੀ ਕਰਦੇ ਜਾਵਾਂ ਇਸ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਅਲੀਕਿਆ ਗਿਆ ਇਹ ਕੋਈ ਪੱਕਾ ਨਹੀਂ ਲਿਖਿਆ ਹੋਇਆ ਇਹਦੇ ਵਿੱਚ ਜੋ ਵੀ ਤੁਸੀਂ ਅੱਗੇ ਪਿੱਛੇ ਕਰਕੇ ਇਹਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਆਊਟਪੁੱਟ ਕਰਨੀ ਚਾਹੁੰਦੇ ਹੋ ਮੈਂ ਪਿਛਲੀ ਵਾਰ ਵੀ ਇਹ ਬੇਨਤੀ ਕੀਤੀ ਸੀ ਜਥੇਬੰਦੀਆਂ ਸਾਰੇ ਮੁਖੀ ਸਾਹਿਬਾਨ ਬੈਠੇ ਸੀ ਅਤੇ ਪ੍ਰਬੰਧਕ ਕਮੇਟੀ ਦੇ ਵੀ ਅਸੀਂ ਪ੍ਰੋਗਰਾਮ ਆਹ ਲਿਖਿਆ ਇਹਦੇ ਵਿੱਚ ਜੋ ਤੁਸੀਂ ਕਰਨਾ ਚਾਹੋ ਆਪਣੇ ਹੱਥ ਜਰਮਨ 'ਚ ਕਿੰਨੇ ਕੁ ਗੁਰਦੁਆਰੇ ਨੇ ਭਾਈ ਸਾਡੇ ਤਕਰੀਬਨ 32 ਗੁਰੂ ਘਰ ਨੇ ਜੀ ਜੇ 32 ਗੁਰੂ ਘਰ ਮੈਂ ਸਮਝਦਾ ਵੀ 10-10 ਸਿੱਖ ਵੀ ਦਸਤਾਰਾਂ ਬੰਨਣ ਵਾਲੇ ਜਿਹੜੇ ਪਹਿਲਾਂ ਨਹੀਂ ਬੰਨਦੇ ਜੀ ਤੇ ਜੇ 10-10 ਸਿੱਖ ਵੀ ਦੇਣ ਤਾਂ 320 ਸਿੱਖ ਜਿਹੜੇ ਨੌਜਵਾਨ ਆ ਦਸਤਾਰਾਂ ਬੰਨਣ ਵਾਲੇ ਤਿਆਰ ਹੋ ਸਕਦੇ ਆ। ਜੇ ਹੋਰ ਥੱਲੇ ਆ ਜਾਈਏ 2-3 ਆ ਜਾਈਏ ਤਾਂ ਵੀ 60 ਸਿੰਘ ਹੋ ਜਾਣੇ ਬਹੁਤ ਹੈ ਫਿਰ 60 ਵੀ ਹੋ ਜਾਣੇ ਪਰ ਨਹੀਂ ਪਰ ਮੈਂ ਬੇਨਤੀ ਕਰਦਾ ਇੱਕ ਪ੍ਰਬੰਧ ਸਹੀ ਕਿਉਂਕਿ ਤੁਸੀਂ ਅੱਗੇ ਵੀ ਵਿਚਾਰ ਦਿੰਦੇ ਸੀ ਸੰਗਤਾਂ ਦਾ ਹੀ ਉਹੀ ਵਿਚਾਰ ਦਿਓ ਵੀ ਜਿਹੜੀ ਆਪਾਂ ਇਹ ਪ੍ਰੋਗਰਾਮ ਲਿਖਿਆ ਗਿਆ ਤੁਸੀਂ ਦਸਤਾਰ ਦਾ ਅਵੇਅਰਨੈਸ ਡੇ ਜੀ ਇਹ ਕੋਈ ਮਜ਼ਾਰਾ ਨਹੀਂ ਹੈ
ਬਿਲਕੁਲ ਕੋਈ ਮੁਜ਼ਾਹਰਾ ਨਹੀਂ, ਕੋਈ ਪ੍ਰੋਟੈਸਟ ਨਹੀਂ, ਕੋਈ ਕਿਸੇ ਦੇ ਖਿਲਾਫ ਨਹੀਂ, ਸਿਰਫ ਆਪਾਂ ਆਪਣੀ ਆਈਡੈਂਟ੿ਟੀ ਜਿਹੜੀ ਹੈ ਆਪਾਂ ਜੋੜਨਾ, ਉੱਥੇ ਦਸਤਾਰਾਂ ਦੀ ਗਿਣਤੀ ਹੋਣੀ ਆ ਉੱਥੇ, ਵੀ ਇੰਨੇ ਸਿੱਖ ਜਰਮਨ ਚ ਰਹਿੰਦੇ, ਦਸਤਾਰਾਂ ਸਜਾਉਂਦੇ ਆ, ਔਰ ਇਹ ਸਿੱਖ ਨੇ ਉੱਥੇ। ਆਪਾਂ ਇਹ ਵੀ ਕੋਈ ਇਸ ਤਰ੍ਹਾਂ ਦਾ ਪੈਫਲੇਟ ਜੇ ਬਣਾਇਆ ਜਾਵੇ ਦਸਤਾਰ ਬਾਰੇ ਤੁਸੀਂ ਕਿਹਾ ਬਣਾ ਰਹੇ ਹੋ, ਉਸ ਦੱਸਿਆ ਜਾਵੇ, ਜਿਵੇਂ ਇੱਥੇ ਬਹੁਤ ਵਿਦੇਸ਼ਾਂ ਚ ਘਟਨਾਵਾਂ ਵਾਪਰੀਆਂ ਕਿ ਜਦੋਂ ਸਿੱਖਾਂ ਨੂੰ ਦਸਤਾਰ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਾਂ ਏਅਰਪੋਰਟਾਂ ਦੇ ਉੱਤੇ ਜਾਂ ਵੈਸੇ ਵੀ ਨਸਲੀ ਵਿਤਕਰੇ ਦੇ ਅੰਦਰ ਵੀ, ਪਰ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਇਹ ਸਿੱਖ ਨੇ। ਪਰ ਜਦੋਂ ਇਸ ਤਰੀਕੇ ਨਾਲ ਅਸੀਂ ਉੱਥੇ ਸਿਰ ਜੋੜਾਂਗੇ, ਇਕੱਠੇ ਹੋਵਾਂਗੇ ਉੱਥੇ, ਤੇ ਸਿੱਖੀ ਬਾਰੇ ਦਸਤਾਰ ਬਾਰੇ ਦੱਸਾਂਗੇ, ਕਿਉਂਕਿ ਜਦੋਂ ਵੀ ਕੋਈ, ਜਿਵੇਂ ਮੈਂ ਬੇਨਤੀ ਕਰਦਾ ਹੁੰਦਾ, ਜਿਵੇਂ ਪੰਜਵੇਂ ਪਾਤਸ਼ਾਹ ਸ਼ਹੀਦੀ ਦਿਹਾੜੇ ਤੇ ਠੰਡੇ ਮਿੱਠੇ ਪਾਣੀ ਦੀਆਂ ਸਬੀਲਾਂ ਲੱਗਦੀਆਂ, ਤੇ ਮੈਂ ਬੇਨਤੀ ਕਰਦਾ ਹੁੰਦਾ ਕਿ ਜੇ ਇਕੱਲਾ ਪਾਣੀ ਨਾ ਪਿਆਓ, ਨਾਲ ਇਹ ਦੱਸੋ ਵੀ ਪਾਣੀ ਪਿਆਇਆ ਕਾਹਦੇ ਲਈ ਜਾ ਰਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠ ਕੇ ਸਿਧਾਂਤ ਲਈ ਸ਼ਹਾਦਤ ਦੇ ਕੇ ਉਹਨਾਂ ਅੱਤ ਦੀ ਤਪਸ਼ ਦੇ ਵਿੱਚ ਵੀ ਠੰਡ ਵਰਤਾਈ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਤੇ ਉਸ ਤਰ੍ਹਾਂ ਦਾ ਕੋਈ ਪੈਫਲੇਟ ਨਾਲ ਦਿੱਤਾ ਜਾਵੇ ਜਿਹਦੇ ਤੋਂ ਦੂਜੇ ਲੋਕਾਂ ਨੂੰ ਵੀ, ਔਰ ਆਪਣੀ ਕੌਮ ਦੇ ਲੋਕਾਂ ਨੂੰ, ਕਿਉਂਕਿ ਆਪਣੀ ਕੌਮ ਚ ਵੀ ਬਹੁਤ ਸਾਰੇ ਲੋਕ ਜਿਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ, ਉਹਨਾਂ ਨੂੰ ਵੀ ਪਤਾ ਲੱਗੇ, ਸਾਨੂੰ ਵੀ ਇਹ ਜਿਹੜਾ ਦਸਤਾਰ ਦੀ ਅਵੇਅਰਨੈਸ ਸਾਡੀ ਕੌਮ ਦੇ ਅੰਦਰ ਵੀ ਤੇ ਦੂਜੇ ਲੋਕਾਂ ਦੇ ਅੰਦਰ ਵੀ ਇਸ ਗੱਲ ਦੀ ਅਵੇਅਰਨੈਸ ਹੋਵੇ, ਉਹਨਾਂ ਨੂੰ ਵੀ ਪਤਾ ਲੱਗੇ ਵੀ ਇਹ ਸਿੱਖ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਸਿੱਖੀ, ਇਹ ਸਿੱਖ ਪੰਥ ਸਿੱਖ ਧਰਮ ਦੇ ਵਿੱਚੋਂ ਨੇ, ਔਰ ਇਹਨਾਂ ਦੀਆਂ ਜਿਹੜੀਆਂ ਦਸਤਾਰਾਂ, ਇਹਨਾਂ ਦਾ ਚਿੰਨ੍ਹ, ਅਸੀਂ ਇਹਦੀ ਬੇਅਦਬੀ ਨਾ ਕਰੀਏ, ਔਰ ਇਹ ਜਿਹੜੇ ਸਿੱਖ ਹੈ ਵੱਖਰੇ ਆ ਦਸਤਾਰਾਂ, ਭਾਵੇਂ ਹੋਰ ਬਹੁਤ ਲੋਕ ਬੰਨਦੇ ਆ, ਕਈ ਫਿਰਕਿਆਂ ਦੇ ਕਈ ਧਰਮਾਂ ਦੇ ਲੋਕ ਬੰਨਦੇ, ਪਰ ਜਿਹੜੀ ਸਿੱਖੀ ਦੇ ਅੰਦਰ ਇੱਕ ਨਿਸ਼ਾਨੀ ਚਿੰਨ੍ਹ ਸਤਿਗੁਰ ਨੇ ਦਿੱਤਾ, ਇਹ ਵੱਖਰੀ ਪਹਿਚਾਣ ਆ, ਇਹਦੇ ਬਾਰੇ ਅਵੇਅਰਨੈਸ ਆਪਾਂ ਕਰੀਏ। ਔਰ ਮੈਂ ਸਮਝਦਾ ਵੱਡੀ ਗੱਲ ਨਹੀਂ ਜੇ ਦਸ ਦਸ ਸਿੱਖ, ਨਹੀਂ ਤਾਂ ਪੰਜ ਪੰਜ ਸਿੱਖ ਹੋ ਸਕਦਾ, ਕਈ ਗੁਰੂ ਘਰ 15-15 20-20 ਸਿੱਖ ਵੀ ਤਿਆਰ ਕਰ ਲੈਣ, ਹੈ ਨਾ, ਤੇ 200-400 ਸਿੱਖ ਤਿਆਰ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਮੈਂ ਸਮਝਦਾ ਜੇ ਤੁਹਾਡੇ ਕੋਲੇ ਤਕਰੀਬਨ 1.5 ਮਹੀਨੇ ਦਾ ਸਮਾਂ, ਮਹੀਨਾ ਸਵਾ ਮਹੀਨੇ ਦਾ ਸਮਾਂ ਪਿਆ ਵਾ, ਤੇ ਗੁਰੂ ਘਰਾਂ ਨੂੰ ਬੇਨਤੀ ਕੀਤੀ ਜਾਵੇ 30-32 ਗੁਰਦੁਆਰੇ ਆ, ਜੇ 5-5-10-10 ਸਿੱਖ ਵੀ ਤਿਆਰ ਕਰਨ, ਤਾਂ ਇਹ ਵੀ ਇੱਕ ਹੋ ਜਾਊ, ਤੇ ਨਾਲੇ ਅਵੇਅਰਨੈਸ ਜਿਹੜੀ ਆ, ਜਿਹੜਾ 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 ਮਨੋਰਥ ਲੈ ਕੇ ਸਿੱਖ ਚੈਨਲ ਵੱਲੋਂ ਇਹ ਪ੍ਰੋਗਰਾਮ ਉਲੀਕੇ ਗਏ ਆ ਤੁਹਾਡੇ ਸਹਿਯੋਗ ਨਾਲ, ਉਹ ਮਨੋਰਥ 'ਚ ਵੀ ਪੂਰਤੀ ਹੁੰਦੀ। ਬਾਬਾ ਜੀ, ਜਿੱਥੇ ਤੁਸੀਂ ਕਿਹਾ ਵੀ ਦੂਸਰੀਆਂ ਕੌਮਾਂ ਨੂੰ, ਇਹਨਾਂ ਨੇ ਟੀਚਾ ਇਹ ਰੱਖਿਆ, ਜਿਹੜਾ ਇਹ ਦਸਤਾਰ ਦਿਵਸ ਆ ਨਾ ਜੀ, ਆਪਾਂ ਨੂੰ ਤਾਂ ਪਤਾ, ਪਰ ਦੂਸਰੀ ਕੌਮ ਨੂੰ ਇਹਨਾਂ ਨੇ ਫ੍ਰੈਂਚ ਭਾਸ਼ਾ, ਆਪਣੀ ਜਰਮਨੀ ਭਾਸ਼ਾ ਦੇ ਵਿੱਚ ਤੁਸੀਂ ਪੈਫਲੇਟ ਤਿਆਰ ਕਰ ਗਏ, ਸਾਰਾ ਕੁਝ ਜਰਮਨ ਵਿੱਚ, ਉੱਥੇ ਦੇ ਸਾਰੇ ਮੇਅਰ ਔਰ ਵੱਡੇ ਵੱਡੇ ਜਿਹੜੇ ਆ ਉਹਨਾਂ ਦੇ ਬੁਲਾਰੇ ਆ, ਉਹ ਉੱਥੇ ਬੋਲਣਗੇ, ਅਤੇ ਔਰ ਕੋਸ਼ਿਸ਼ ਇਹ ਕਰ ਰਹੇ ਆ ਜਿੰਨੇ ਇਹਨਾਂ ਵੱਲੋਂ ਵੀ ਬੁਲਾਰੇ ਬੋਲਣੇ ਆ ਉਸ ਲੈਂਗੁਏਜ ਵਿੱਚ ਬੋਲਣਗੇ ਜਿਹੜੀ ਜਰਮਨੀ ਦੀ ਆ, ਅਤੇ ਜਿੰਨੇ ਵੀ ਉੱਥੇ ਜਿਹੜਾ ਐਨ ਗੜ੍ਹ ਦੇ ਵਿੱਚ ਇਹ ਪ੍ਰੋਗਰਾਮ ਕਰ ਰਹੇ ਸਭ ਉਸ ਜਗ੍ਹਾ ਦੇ ਉੱਤੇ ਜਿੱਥੇ ਬਹੁਤ ਆਬਾਦੀ ਦੀ ਆਵਾਜਾਈ ਹੈ, ਅਤੇ ਉਸ ਦਿਨ ਬਹੁਤ ਜ਼ਿਆਦਾ ਸਿੰਘਾਂ ਨੂੰ ਜਿਹਨਾਂ ਉਹ ਜਰਮਨ ਲੋਕਾਂ ਨੂੰ ਨਹੀਂ ਸੀ ਅੱਗੇ ਪਤਾ, ਉਹ ਅਵੇਅਰਨੈਸ ਆਵੇਗੀ। ਆਪਣੇ ਕੁਝ ਸਿੱਖ ਪੰਜਾਬੀ ਵਿੱਚ ਵੀ ਦੱਸਣ, ਕੁਝ ਜਿਹੜੇ ਡੱਚ ਭਾਸ਼ਾ ਵਿੱਚ ਵੀ ਜਿਹੜਾ ਦੱਸਣ, ਉਹਨਾਂ ਦੇ ਬੁਲਾਰੇ ਭਾਵੇਂ ਡੱਚ ਭਾਸ਼ਾ ਚ ਬੋਲਣ, ਆਪਣੇ ਜਿਹੜੇ ਆ ਨਾਲ ਕਨਵਰਟ ਕਰੀ ਜਾਣ। ਸੋ ਨਾਲ ਦੀ ਨਾਲ ਅਸੀਂ ਸਿੱਖ ਚੈਨਲ ਤੋਂ ਇਹ ਵੀ ਦੱਸ ਦੇਣਾ ਚਾਹੁੰਦੇ ਹੈਗੇ ਹਾਂ ਵੀ ਜਿਵੇਂ ਭਾਈ ਗੁਰਮੀਤ ਸਿੰਘ ਹੁਣਾਂ ਰਾਤੀ ਵੀ ਦੱਸਿਆ, ਜਿਹੜਾ ਇਹ ਅਵੇਅਰਨੈਸ ਡੇ ਦਸਤਾਰ ਦਿਵਸ ਮਨਾਇਆ ਜਾ ਰਿਹਾ ਹੈ, ਇਹ ਕੋਈ ਵੀ ਜਿਹੜਾ ਬਾਬਾ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਹੈ, ਬਾਕੀ ਸਿੰਘਾਂ ਵੱਲੋਂ ਗੁਰਦੁਆਰਿਆਂ ਦੇ ਸਾਰੇ ਸੇਵਾਦਾਰਾਂ ਵੱਲੋਂ ਵੀ ਇਹ ਬੇਨਤੀ ਆਈ ਹੈ, ਉਸ ਦਿਨ ਕੋਈ ਵੀ ਸਿੰਘ ਘਰ ਨਹੀਂ ਰਹਿਣਾ ਚਾਹੀਦਾ, ਆਪਣੀ ਆਪਣੀ ਜ਼ਿੰਮੇਵਾਰੀ ਦੇ ਤੌਰ 'ਤੇ ਦਸਤਾਰ ਸਜਾ ਕੇ, ਦਸਤਾਰ ਘਰ ਰੱਖ ਕੇ, ਨਾ ਉਹ ਜਿਹੜਾ ਨਹੀਂ ਸਜਾਉਂਦਾ ਉਹ ਵੀ ਸਜਾ ਕੇ ਆਵੇ। ਸੋ ਉਸ ਦਿਨ ਪਤਾ ਚੱਲ ਜਾਏ ਸਾਰੀ ਹੀ ਵਰਲਡ ਨੂੰ ਵੀ ਦਸਤਾਰ ਸਿੱਖਾਂ ਦੀ ਇੱਕ ਵੱਖਰੀ ਪਹਿਚਾਣ ਹੈ, ਵੱਖਰੀ ਪਹਿਚਾਣ ਨੂੰ ਆਪਾਂ ਦੱਸਣ ਵਾਸਤੇ ਉਹਨਾਂ ਨੂੰ ਆਪਣੇ ਸਿਰ 'ਤੇ ਪਹਿਲਾਂ ਦਸਤਾਰ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਦੂਸਰਿਆਂ ਨੂੰ ਦੱਸ ਸਕਦੇ ਹਾਂ। ਸੋ ਗੁਰਮੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਸਿੱਖ ਚੈਨਲ ਦਾ ਉਪਰਾਲਾ ਜੋ ਬੜਾ ਵਧੀਆ ਚੰਗਾ ਉਪਰਾਲਾ ਜੋ ਅਵੇਅਰਨੈਸ ਲਿਆ ਰਹੇ ਨੇ, ਅਤੇ ਜਿੱਥੇ ਅਸੀਂ ਆਪਾਂ ਲੋਕਾਂ ਨੂੰ ਵੀ ਦੱਸਣਾ ਦੂਜੇ ਧਰਮ ਦੇ ਲੋਕਾਂ ਨੂੰ ਵੀ, ਅਤੇ ਉੱਥੇ ਆਪਾਂ ਇਸ ਸਿਧਾਂਤ ਨੂੰ ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਦਸਤਾਰ ਸਰੇ ਵਾਲਾ, ਇਹਨੂੰ ਅਸੀਂ ਖੁਦ ਵੀ ਅਪਣਾਉਣਾ, ਵੀ ਸਾਡੀ ਕੋਸ਼ਿਸ਼ ਵੀ ਇਹੀ ਆ ਵੀ ਅਸੀਂ ਜਿਹੜੇ ਵੱਧ ਤੋਂ ਵੱਧ ਉਹ ਆਪਣੇ ਵੀ ਨੇ ਅਤੇ ਗੈਰ ਮੁਲਕੀ ਵੀ ਨੇ, ਆਪਾਂ ਉਹਨਾਂ ਨੂੰ ਇਹਦੇ ਵਿੱਚ ਲਿਆ ਕੇ ਜ਼ਰੂਰ ਆਪਣੀ ਜਿਹੜੀ ਆ ਦਸਤਾਰ ਦੀ ਮਹੱਤਤਾ ਜਿਹੜੀ ਆਪਾਂ ਦੱਸ ਸਕੀਏ, ਤਾਂ ਕਿ ਲੋਕਾਂ ਦਾ ਇਸ ਦੇ ਨਾਲ ਜੋ ਸਾਡੇ ਨਾਲ ਵਿਤਕਰੇ ਹੋ ਰਹੇ ਨੇ, ਜਾਂ ਕੋਈ ਸਾਨੂੰ ਬਿਨ ਲਾਦਨ ਕਹਿ ਰਿਹਾ, ਜਾਂ ਕੋਈ ਤਾਲ ਵਗੈਰਾ, ਕੋਈ ਕਈ ਕੁਛ ਹੋ ਰਿਹਾ, ਵੀ ਅਸੀਂ ਉਹਦੇ ਵਿੱਚੋਂ ਸਾਡੀ ਪਹਿਚਾਣ ਹੋਵੇ, ਸਿੱਖ ਕੌਣ ਨੇ, ਇਹ ਸਿੱਖ ਨੇ, ਸਾਡਾ ਦਸਤਾਰ ਕਿੱਦਾਂ ਦੀ ਆ, ਅਤੇ ਅਸੀਂ ਉੱਥੇ ਇੱਕ ਵੀ ਬੇਨਤੀ ਕਰਦੇ ਹਾਂ ਜਿੰਨੇ ਵੀ ਆਪਣੇ ਅੰਮ੍ਰਿਤਧਾਰੀ ਜਾਂ ਦਸਤਾਰਧਾਰੀ ਸਿੰਘ ਨੇ, ਉਹ ਆਪਣੇ ਜੀਵਨ ਨੂੰ ਵੀ ਇੰਨਾ ਉੱਚਾ ਸੁੱਚਾ ਬਣਾਉਣ, ਤਾਂ ਕਿ ਉਹਨੂੰ ਬੋਲਣ ਤੋਂ ਬਿਨਾਂ ਵੀ ਜਿਹਦੇ ਨਾਲ ਵਰਤਣ, ਤਾਂ ਕਿ ਲੋਕੀ
ਚੋਣ ਵੀ ਆਪਣੀ ਜੋ ਚੰਗਾ ਪੱਖ ਆ ਉਹ ਸਾਹਮਣੇ ਪੇਸ਼ ਕਰ ਸਕਦੇ। ਹਾਂ ਵੀ ਸਿੰਘ ਇਸ ਤਰ੍ਹਾਂ ਦੇ ਹੁੰਦੇ ਨੇ, ਚੰਗਾ ਸੁਭਾਅ ਹੋਣਾ ਚਾਹੀਦਾ ਅਤੇ ਇਸ ਤਰ੍ਹਾਂ ਦੇ ਜ਼ਰੂਰ ਆਪਾਂ ਨੂੰ ਸਾਰੇ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਅਖੀਰ ਵਿੱਚ ਸਿੱਖ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਜਿਨ੍ਹਾਂ ਨੇ ਪ੍ਰੋਗਰਾਮ ਉਲੀਕ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਅਤੇ ਜਰਮਨ ਦੀਆਂ ਸੰਗਤਾਂ ਦੇ ਹਵਾਲੇ ਕਰ ਦਿੱਤਾ। ਭਾਵੇਂ ਪ੍ਰੋਗਰਾਮ ਨੂੰ ਸਿੱਖ ਚੈਨਲ ਵੱਲੋਂ ਦਿੱਤਾ ਗਿਆ ਪਰ ਸਾਰੀ ਜੋ ਪ੍ਰੋਗਰਾਮ ਆ, ਰੂਪ ਰੇਖਾ ਜੋ ਉਹ ਅਸੀਂ ਖੁਦ ਤਿਆਰ ਕਰਨੀ ਜਰਮਨ ਦੀਆਂ ਸੰਗਤਾਂ ਨੇ ਅਤੇ ਮੈਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੁੱਚੀ ਸਿੱਖ ਸੰਗਤ ਨੂੰ ਜੋ ਜਰਮਨ ਵਿੱਚ ਵੱਸ ਰਹੇ ਨੇ ਉਹਨੂੰ ਵੀ ਇਹੀ ਬੇਨਤੀ ਕਰਦਾ ਵੀ ਤੁਸੀਂ ਜੋ ਕੁਛ ਕਰਨਾ ਚਾਹੁੰਦੇ ਹੋ ਜਿਹਦਾ ਕੋਈ ਚੰਗਾ ਆਪਣਾ ਰਿਜ਼ਲਟ ਨਿਕਲ ਸਕੇ, ਅਸੀਂ ਤੁਹਾਡੇ ਸੁਝਾਵਾਂ ਲਈ ਅਜੇ ਸਾਡੇ ਕੋਲ 2 ਹਫ਼ਤੇ ਹੋਰ ਬਾਕੀ ਨੇ, ਕਿਉਂਕਿ 2 ਹਫ਼ਤੇ ਤੋਂ ਬਾਅਦ ਅਸੀਂ ਬਿਲਕੁਲ ਇਹਨੂੰ ਫਾਈਨਲ ਕਰ ਦੇਣਾ ਅਤੇ ਫਿਰ ਉਹਦੇ ਵਿੱਚ ਤਬਦੀਲੀ ਕੋਈ ਨਹੀਂ ਹੋਣੀ। 2 ਹਫ਼ਤੇ ਦੇ ਵਿੱਚ ਜਿਨ੍ਹਾਂ ਨੇ ਵੀ ਕੋਈ ਵਿਚਾਰ ਦੇਣੇ ਸਿੱਖ ਚੈਨਲ ਨੂੰ ਦੇ ਸਕਦੇ ਨੇ, ਦਸ ਤੁਹਾਡੀ ਕਚਹਿਰੀ 'ਚ ਹਾਜ਼ਰ ਆ ਸਾਨੂੰ ਦੇ ਸਕਦੇ ਹੋ। ਇਹ ਗੱਲ ਨਹੀਂ ਵੀ ਤੁਹਾਡੀ ਗੱਲ ਅਸੀਂ ਸੁਣਾਂਗੇ ਅਤੇ ਮੰਨਾਂਗੇ ਨਹੀਂ, ਪਰ ਜਿਹੜੀ ਗੱਲ ਯੋਗ ਹੈ ਅਤੇ ਜਿਹੜੀ ਗੱਲ ਨੂੰ ਆਪਾਂ ਉਹਦਾ ਕੋਈ ਚੰਗਾ ਰਿਜ਼ਲਟ 'ਚ, ਮੈਂ ਭਾਈ ਰੇਸ਼ਮ ਸਿੰਘ ਉਹਨਾਂ ਨੇ ਕਿਹਾ ਦਸਤਾਰਾਂ ਬਾਰੇ ਵੀ ਆਪਾਂ ਨੂੰ ਹੋਣਾ ਚਾਹੀਦਾ, ਅਸੀਂ ਵੀ ਕਹਾਂਗੇ ਹਰ ਗੁਰੂ ਘਰ ਨੂੰ ਵੀ ਵੱਧ ਤੋਂ ਵੱਧ ਜਿਹੜੇ ਸਿੰਘ ਨੇ ਦਸਤਾਰਾਂ ਸਜਾਉਣ ਦੇ ਉਹ ਮਤਲਬ ਵੀ ਵਚਨਬੱਧ ਹੋਣ ਅਤੇ ਇਹ ਆਪਾਂ ਸਾਰੇ ਉਪਰਾਲੇ ਜਿਹੜੇ ਆਪਾਂ ਰਲ ਮਿਲ ਕੇ ਕਰਨੇ ਨੇ, ਤੁਹਾਡੇ ਵੱਡੇ ਸਹਿਯੋਗ ਦੀ ਲੋੜ ਹੈ। ਪ੍ਰੋਗਰਾਮ ਇਹ ਮੇਰੇ ਵੱਲੋਂ ਕੋਈ ਨਹੀਂ ਲਿਖਿਆ ਗਿਆ, ਇਹ ਪ੍ਰੋਗਰਾਮ ਸਾਨੂੰ ਦਿੱਤਾ ਗਿਆ ਸਿੱਖ ਚੈਨਲ ਵੱਲੋਂ ਅਤੇ ਇਹ ਪ੍ਰੋਗਰਾਮ ਚਾੜਨ ਆਪਾਂ ਸਾਰਿਆਂ ਨੇ ਸਿੱਖ ਸੰਗਤ ਨੇ ਇਕੱਠੀਆਂ ਹੋ ਗਿਆ ਤੁਹਾਡੇ ਸੁਝਾਵਾਂ ਨਾਲ, ਤੁਹਾਡੇ ਸਹਿਯੋਗ ਨਾਲ, ਅਤੇ ਮੈਂ ਇੱਕ ਤੌਰ 'ਤੇ ਵੀ ਤੁਹਾਡੇ ਮਦਦ ਦੀ ਲੋੜ ਆ, ਸਾਨੂੰ ਸਰੀਰਕ ਤੌਰ 'ਤੇ ਵੀ ਲੋੜ ਆ, ਤੁਹਾਡੀ ਸੋਚ ਦੀ ਵੀ ਸਾਨੂੰ ਲੋੜ ਆ। ਬਹਿਤ ਤੁਹਾਨੂੰ ਬਹੁਤ ਵੱਡਾ ਉਤਸ਼ਾਹ ਜਿਹੜਾ ਸਿੱਖ ਸੰਗਤਾਂ ਵੱਲੋਂ ਜਰਮਨ ਦੇ ਵਿੱਚੋਂ ਮਿਲ ਰਿਹਾ ਅਤੇ ਅਸੀਂ ਇਸ ਕਾਰਜ ਵਿੱਚ ਜ਼ਰੂਰ ਸਫਲ ਹੋਵਾਂਗੇ। ਹਾਂਜੀ ਗੁਰਮੀਤ ਸਿੰਘ ਜੀ, ਇਹ ਤਾਂ ਤੁਸੀਂ ਧੰਨਵਾਦ ਤੁਹਾਡਾ, ਕਿਉਂਕਿ ਜਿਹੜਾ ਇਹ ਤੁਸੀਂ ਦੇਖਿਆ ਵੀ ਜਿਹੜਾ ਇਹ ਪ੍ਰੋਗਰਾਮ ਦਿੱਤਾ ਗਿਆ ਇਹ ਸਿੱਖ ਚੈਨਲ ਵੱਲੋਂ ਦਿੱਤਾ ਗਿਆ, ਜਿਸ ਵੇਲੇ ਪਿਛਲੇ ਸਾਲ ਇਹ ਅਵੇਅਰਨੈਸ ਡੇ ਲੰਡਨ ਦੀ ਧਰਤੀ 'ਤੇ ਮਨਾਇਆ ਗਿਆ ਸੀ, ਉਸ ਦਿਨ ਸਾਰੀਆਂ ਸੰਗਤਾਂ ਨੇ ਇਹ ਕਿਹਾ ਸੀ ਵੀ ਹਰ ਸਾਲ ਸਾਨੂੰ ਯੂਰਪ ਦੀਆਂ ਸੰਗਤਾਂ ਨੂੰ ਵੀ ਦਿਓ, ਕਿਉਂਕਿ ਕੋਲਾਂ ਆਈਆਂ ਸੀ ਉਸ ਦਿਨ ਜਿਹੜੀ ਉੱਥੇ ਪਾਰਲੀਮੈਂਟ ਦੇ ਮੋਹਰੇ ਸੀ, ਵੱਡੀ ਸਿੱਖ ਚੈਨਲ ਨੇ 20 ਫੁੱਟ ਦੀ ਸਕਰੀਨ ਲਾਈ ਸੀ ਜਿਹਦੇ ਵਿੱਚ 3 ਮੁਲਕਾਂ ਤੋਂ ਲਾਈਵ ਪ੍ਰੋਗਰਾਮ ਆ ਰਿਹਾ ਸੀ ਉਸੇ ਸਕਰੀਨ 'ਤੇ। ਬਾਬਾ ਜੀ ਤੁਸੀਂ ਉੱਥੇ ਸੀ, ਉਸੇ ਇੱਥੋਂ ਲਾਈਵ ਚੱਲ ਰਿਹਾ ਸੀ, ਜਿਹੜਾ ਉੱਥੋਂ ਲਾਈਵ ਚੱਲ ਰਿਹਾ ਸੀ ਆਪਣਾ ਇਟਲੀ ਤੋਂ ਲਾਈਵ ਚੱਲਣ ਰਿਹਾ ਸੀ ਰੋਮਾਂ ਤੋਂ ਅਤੇ ਨਾਲ ਦੀ ਨਾਲ ਸਪੇਨ ਦੀ ਧਰਤੀ ਰਾਜਧਾਨੀ ਤੋਂ ਉਹ ਉੱਥੋਂ ਵੀ ਲਾਈਵ ਆਉਣ ਡਿਆ ਸੀ, ਸੰਗਤਾਂ ਸਾਰੇ ਵਿਚਾਰ ਉਹਨਾਂ ਦੇ ਸੁਣ ਰਹੇ ਸੀ। ਸੋ ਇਹ ਇੱਕ ਬੜਾ ਅਨੋਖਾ ਜਾਣੀ ਸਿੱਖ ਚੈਨਲ ਨੇ ਇਹ ਪ੍ਰਦਰਸ਼ਨੀ ਕੀਤੀ ਸੀ ਵੀ ਤਿੰਨੇ ਕੰਟਰੀਆਂ ਤੋਂ ਲਾਈਵ ਸਿੱਧਾ ਉੱਥੇ ਸੰਗਤਾਂ ਦੇਖ ਰਹੀਆਂ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਸੀ। ਸੰਧੂ ਸਾਹਿਬ ਮੈਂ ਤੁਹਾਡੀ ਗੱਲ ਟੋਕਦੇ, ਰਾਤੀ ਗੱਲ ਇਸ ਤਰ੍ਹਾਂ ਹੋਈ ਜੀ, ਉਹਦਾ ਰੈਂਟ ਤੁਸੀਂ 5000 ਰੈਂਟ ਦਿੱਤਾ ਤੁਸੀਂ ਇੱਕ ਦਿਨ ਦਾ, ਪਰ ਸਾਡੇ 'ਚ ਹਿੰਮਤ ਨਹੀਂ ਅਸੀਂ 5000 ਦੇ ਸਕੀਏ, ਮੈਂ ਕੱਲ ਹੱਥ ਖੜੇ ਕਰਤੇ ਆ ਵੀ ਇੱਕ ਦਿਨ ਲਈ ਉਹ ਸਕਰੀਨ ਦਾ 5000 ਸਾਡੇ ਕੋਲ ਰੈਂਟ ਨਹੀਂ ਦੇ ਹੋਣਾ ਤੇ ਅਸੀਂ ਉਦਾਂ ਹੀ ਸੁਣ ਲਾਂਗੇ। ਤੁਹਾਡਾ ਬਹੁਤ ਵੱਡਾ ਪ੍ਰਣਾਮ ਸੀ ਬਾਬਾ ਜੀ, ਆਪ ਜੀ ਨੂੰ, ਗੁਰਬੀਰ ਸਿੰਘ ਜੀ, ਕਿਉਂਕਿ ਤੁਸੀਂ ਜਿਹੜੀ ਆਪਾਂ ਘਰ ਵੀ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ ਟੈਲੀਫੋਨ 'ਤੇ ਵੀ ਰੋਜ਼ ਸੱਦਾ ਪੱਤਰ ਦਿੰਦੇ ਹਾਂ ਬਾਬਾ ਜੀ ਨੂੰ ਹੁਣ, ਕਿਉਂਕਿ ਸੰਗਤਾਂ ਵਿੱਚ ਵੀ ਦੱਸ ਦਿਓ ਵੀ ਬਾਬਾ ਜੀ ਨੂੰ ਅਸੀਂ ਸੱਤਾ ਪੱਤਰ ਦੇ ਦਿੱਤਾ ਵੀ ਬਾਬਾ ਜੀ ਤੋਂ ਵੀ ਆਪਾਂ। ਹਾਂਜੀ ਬਿਲਕੁਲ, ਇਹ ਵੀ ਸੰਗਤਾਂ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਜੋ ਆਪਾਂ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ ਨੇ ਜੋ ਪੰਥਕ ਕਾਰਜਾਂ ਲਈ ਬੜੇ ਅਗਲੀ ਕਤਾਰ ਵਿੱਚ ਖੜ ਕੇ ਆਪਣੇ ਜੋ ਬਣਦੇ ਫਰਜ਼ ਨੂੰ ਨਿਭਾ ਰਹੇ ਨੇ ਅਤੇ ਦੂਜੇ ਸੰਤਾਂ ਨਾਲੋਂ ਮਤਲਬ ਇਹਨਾਂ ਦੇ ਜੋ ਸੇਵਾ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਕੋਈ ਦੋ ਰਹਿਮਾ ਨਹੀਂ, ਅਤੇ ਇਹਨਾਂ ਨੂੰ ਅਸੀਂ ਸੱਦਾ ਪੱਤਰ ਦਿੱਤਾ ਉੱਥੇ ਵਾਸਤੇ ਜੇ ਗੁਰੂ ਕਿਰਪਾ ਕਰੇ ਜੇਕਰ ਇਹਨਾਂ ਨੂੰ ਵੀਜ਼ਾ ਮਿਲਿਆ ਤਾਂ ਸੰਗਤਾਂ ਦੇ ਬਿਲਕੁਲ ਰੂਬਰੂ ਹੋਣਗੇ, ਅਰਦਾਸ ਵੀ ਕਰੀਏ ਵੀ ਕੁਝ ਦਿਨਾਂ ਵਾਸਤੇ ਸਾਡੇ ਕੋਲ ਅੱਜ ਬੇਨਤੀ ਕੀਤੀ ਹੈ ਵੀ ਇਹਨਾਂ ਨੂੰ ਭੇਜਾਂਗੇ ਅਸੀਂ ਆਪਣੇ ਵੱਲੋਂ ਰਿਸਪੋਂਸਰ, ਜੇ ਵੀਜ਼ਾ ਮਿਲ ਗਿਆ ਤਾਂ ਜ਼ਰੂਰ ਸੰਗਤ ਦਾ ਦਰਸ਼ਨ ਕਰਨਗੇ ਅਤੇ ਨਾਲੇ ਆਪਣੇ ਜੋ ਉਸ ਪੰਜਾਬ ਦੇ ਹਾਲਾਤ ਨੇ, ਸਿੱਖਾਂ ਦੇ ਹਾਲਾਤ ਨੇ ਵਿਦੇਸ਼ਾਂ ਦੇ, ਉਹਨਾਂ ਨੂੰ ਵੀ ਮੈਨੂੰ ਕਈ ਦਿਨਾਂ ਤੋਂ ਭਾਈ ਦਵਿੰਦਰ ਸਿੰਘ ਬਲ ਸਿੱਖ ਚੈਨਲ ਵਾਲੇ ਉਹਨਾਂ ਵੱਲੋਂ ਤੁਹਾਡੇ ਵੱਲੋਂ ਵੀ ਸਾਦਾ ਪੱਤਰ ਮਿਲਿਆ ਉੱਥੇ ਪਹੁੰਚਣ ਦਾ। ਮੈਂ ਪਿਛਲੀ ਵਾਰ ਇੱਥੇ ਪਹੁੰਚਿਆ ਸੀਗਾ ਲੰਡਨ ਦੇ ਵਿੱਚ ਜਦੋਂ ਹੋਇਆ ਸੀਗਾ ਡੀ-ਡੇ ਦਸਤਾਰ ਦਿਵਸ ਮਨਾਇਆ ਗਿਆ ਸੀਗਾ, ਮੈਂ ਪੂਰੀ ਕੋਸ਼ਿਸ਼ ਕਰੂੰ ਪੰਥਕ ਰਝੇਵਿਆਂ ਦਾ ਤੁਹਾਨੂੰ ਪਤਾ ਉੱਥੇ ਵੀ ਔਰ ਇਹ ਵੀ ਪੰਥਕ ਕਾਰਜ ਆ ਅਤੇ ਮੈਂ ਕੋਸ਼ਿਸ਼ ਕਰੂੰਗਾ ਪੂਰੀ ਕਿ ਜੇ ਮੇਰਾ ਆਉਣਾ ਸੰਭਵ ਹੋ ਸਕਿਆ ਤਾਂ ਮੈਂ ਜ਼ਰੂਰ ਜਰਮਨ ਦੀਆਂ ਸੰਗਤਾਂ, ਮੈਨੂੰ ਕਈ ਚਿਰ ਤੋਂ ਕਿਉਂਕਿ 3-4 ਸਾਲ ਪਹਿਲਾਂ ਮੈਂ ਉੱਥੇ ਗਿਆ ਸੀ ਉਦੋਂ ਤੋਂ ਹੀ ਇਸ ਵਾਲੀ ਸੰਗਤਾਂ ਹੁਕਮ ਕਰ ਰਹੀਆਂ ਕਿ ਤੁਸੀਂ ਇੱਥੇ ਜ਼ਰੂਰ ਆਓ ਅਤੇ ਮੇਰਾ ਸਮਾਂ ਨਹੀਂ ਬਣਿਆ ਅਤੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਸ ਵਾਰ ਨਾਲੇ ਦਸਤਾਰ ਦਿਵਸ 'ਤੇ ਮੈਂ ਪਹੁੰਚ ਸਕਾਂ ਅਤੇ ਨਾਲੇ ਜੇ ਕੁਝ ਗੁਰੂ ਘਰਾਂ ਦੇ ਸਮਾਗਮ ਮੈਂ ਕਰ ਸਕਿਆ ਤਾਂ ਮੈਂ ਇਸ ਵਾਰ 7 ਜੁਲਾਈ ਵਾਲੇ ਸਮਾਗਮ 'ਤੇ ਪਹੁੰਚਣ ਦੀ ਕੋਸ਼ਿਸ਼ ਕਰੂੰਗਾ। ਪਰ ਮੈਂ ਇੱਕ ਬੇਨਤੀ ਇਹ ਵੀ ਨਾਲ ਕਰੂੰ, ਜਿੱਥੇ ਮੈਂ ਪਹਿਲਾਂ
ਤੁਹਾਡਾ ਦਿੱਤਾ ਹੋਇਆ ਸੱਦਾ ਪੱਤਰ ਜਿਹੜਾ ਸਿੱਖ ਚੈਨਲ ਵੱਲੋਂ ਤੁਹਾਡੇ ਵੱਲੋਂ ਉੱਥੋਂ ਦੀਆਂ ਜਰਮਨ ਦੀਆਂ ਸੰਗਤਾਂ ਵੱਲੋਂ ਮੇਰੇ ਸਿਰ ਮੱਥੇ 'ਤੇ ਆ, ਸੰਗਤਾਂ ਪਿਆਰ ਕਰਦੀਆਂ, ਮੈਂ ਕੋਸ਼ਿਸ਼ ਕਰੂੰਗਾ। ਇੱਕ ਮੇਰੀ ਬੇਨਤੀ ਮੈਂ ਇਹ ਕਰੂੰਗਾ, ਜਿੱਥੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਆ ਕਿ 5-5, 10-10 ਨੌਜਵਾਨ ਤਿਆਰ ਕਰੋ, ਉੱਥੇ ਮੈਂ ਸਿੱਖ ਜਥੇਬੰਦੀਆਂ ਨੂੰ ਵੀ ਕਹੂੰਗਾ, ਕਿਉਂਕਿ ਜਰਮਨ 'ਚ ਵੀ ਸਿੱਖ ਜਥੇਬੰਦੀਆਂ ਜਿਹੜਾ ਆਪਣਾ ਆਧਾਰ ਰੱਖਦੀਆਂ ਨੇ। ਜੇ ਇੱਕ ਜਥੇਬੰਦੀ ਵੀ 5-5, 4-4 ਸਿੰਘਾਂ ਨੂੰ ਤਿਆਰ ਕਰੇ ਤੇ ਬਹੁਤ ਸਿੰਘ ਪੱਕੇ ਤੌਰ ਤੇ ਦਸਤਾਰਾਂ ਬੰਨਣ ਲਈ ਤਿਆਰ ਹੋ ਜਾਣਗੇ। ਤੇ ਇੱਕ ਬੇਨਤੀ ਜਿਹੜੀ ਮੈਂ ਹੋਰ ਕਰਨੀ ਚਾਹੁੰਦਾ ਕਿ ਇਕੱਲਾ ਜਰਮਨ ਦੀਆਂ ਸੰਗਤਾਂ ਨਹੀਂ, ਆਸੇ ਪਾਸੇ ਜਿਹੜੇ ਮੁਲਕ ਨੇੜੇ ਵੱਸਦੇ ਯੂਰਪ ਦੇ ਅੰਦਰ ਜਿਹੜੇ ਵੀ ਇਹ ਸਿੱਖ ਚੈਨਲ ਨੂੰ ਸੁਣ ਰਹੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਇੱਥੇ ਪਹੁੰਚ ਸਕਦੇ ਆ, ਖੁੱਲਾ ਸੱਦਾ ਸਾਰਿਆਂ ਨੂੰ, ਤੇ ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਉੱਥੇ ਕੇਸਰੀ ਦਸਤਾਰਾ ਸਜਾ ਕੇ ਪਹੁੰਚਣਾ ਚਾਹੀਦਾ। ਇਹ ਇਕੱਲਾ ਜਰਮਨ ਦੀਆਂ ਸੰਗਤਾਂ ਹੀ ਨਹੀਂ, ਆਲੇ ਦੁਆਲੇ ਉਹ ਸੰਗਤਾਂ ਜਿਹੜੇ ਹੋਰ ਮੁਲਕ ਹਨ ਜਿਵੇਂ ਨਾਲ ਨਾਲ ਲੱਗਦੇ ਬੈਲਜੀਅਮ ਆ, ਫਰਾਂਸ ਆ, ਹੋਲੈਂਡ ਆ, ਇਹ ਜਿਹੜੇ ਨੇੜੇ ਨੇੜੇ ਮੁਲਕ ਲੱਗਦੇ ਆ ਉੱਥੋਂ ਵੀ ਸੰਗਤਾਂ ਪਹੁੰਚ ਸਕਦੀਆਂ। ਜਿਵੇਂ ਉਦੋਂ ਲੰਡਨ 'ਚ ਹੋਇਆ ਸੀ ਤਾਂ ਹੋਰ ਮੁਲਕਾਂ ਤੋਂ ਵੀ ਸੰਗਤ ਇੱਥੇ ਆਈ ਸੀ, ਇਟਲੀ ਵੀ ਹੋਰ ਮੁਲਕਾਂ ਤੋਂ ਸੰਗਤ ਗਈ ਸੀ, ਜਿਹੜੇ ਤੀਸਰੇ ਮੁਲਕ ਦੇ ਵਿੱਚ ਹੋਇਆ ਸੀ ਉੱਥੇ ਵੀ ਹੋਰ ਮੁਲਕਾਂ ਤੋਂ ਵੀ ਸੰਗਤ ਆਈ ਸੀ ਨੇੜੇ ਨੇੜੇ ਲੱਗਦਿਆਂ ਤੋਂ, ਕਿਉਂਕਿ ਯੂਰਪ ਸਾਰਾ ਆਂਢ ਗੁਆਂਢ ਜਿਵੇਂ ਭਾਰਤ 'ਚ ਸਟੇਟਾਂ ਨੇ, ਇਸ ਤਰ੍ਹਾਂ ਜਿਹੜਾ ਯੂਰਪ ਆ ਉਹ ਕੰਟਰੀਆਂ ਨੇ, ਸਾਰਾ ਯੂਰਪ ਇੱਕ ਆ। ਇਸ ਤਰੀਕੇ ਦੇ ਨਾਲ ਜਿਹੜੀਆਂ ਸੰਗਤਾਂ ਨੇ ਉਹ ਆਪਣਾ ਫਰਜ਼ ਸਮਝਦੀਆਂ ਹੋਰਨਾਂ ਕੰਟਰੀਆਂ ਤੋਂ ਵੀ ਇਸ 7 ਜੁਲਾਈ ਨੂੰ ਜਿਹੜਾ ਫਰੈਂਕਫਰਟ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਮੈਂ ਇਹ ਬੇਨਤੀ ਕਰੂੰ ਔਰ ਮੈਂ ਵੀ ਪੂਰੀ ਕੋਸ਼ਿਸ਼ ਕਰੂੰਗਾ ਕਿ ਮੇਰਾ ਆਉਣਾ ਸੰਭਵ ਹੋ ਸਕਿਆ ਤਾਂ ਮੈਂ ਜ਼ਰੂਰ ਸੰਗਤਾਂ ਦੇ ਦਰਸ਼ਨ ਦਿਦਾਰੇ ਕਰੂੰਗਾ। ਸੋ ਅਸੀਂ ਸਾਰੇ ਇਸ ਵੇਲੇ ਉਹਨਾਂ ਨੇ ਤਕਰੀਬਨ ਉਹਨਾਂ 'ਚੋਂ ਬਹੁਤੇ ਪ੍ਰੋਗਰਾਮਾਂ ਦਾ ਜਿਹੜਾ ਲਾਈਵ ਟੈਲੀਕਾਸਟ ਆ ਉਹ ਆਨੰਦ ਮਾਣਿਆ ਔਰ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਹ ਡੀ ਲਾਈਵ ਕੀਤੇ ਗਏ ਸਿੱਖ ਚੈਨਲ ਵੱਲੋਂ। ਬੜਾ ਸ਼ਲਾਘਾਯੋਗ ਉੱਦਮ ਰਿਹਾ, ਸੰਗਤਾਂ ਨੇ ਵਿਚਾਰ ਜਿਹੜੇ ਸਰਵਣ ਕੀਤੇ ਆ। ਮੈਂ ਦੇਖਿਆ ਕਿ ਜਦੋਂ ਪਹਿਲਾਂ ਇਹ ਸਿੱਖ ਚੈਨਲ ਨਹੀਂ ਸੀ ਤਾਂ ਸਾਡੇ ਕੋਲ ਆਪਣਾ ਮੀਡੀਆ ਨਾ ਹੋਣ ਕਾਰਨ ਬਹੁਤੀਆਂ ਸੰਗਤਾਂ ਨੂੰ ਪਤਾ ਨਹੀਂ ਸੀ ਲੱਗਦਾ, ਇੱਕ ਗੁਰਦੁਆਰੇ ਦੇ ਪ੍ਰੋਗਰਾਮਾਂ ਦਾ ਦੂਜੇ ਗੁਰਦੁਆਰੇ 'ਚ ਨਹੀਂ ਸੀ ਪਤਾ ਹੁੰਦਾ, ਇੱਕੋ ਟਾਊਨ ਦੇ ਵਿੱਚ, ਤੇ ਸੰਗਤਾਂ ਦੀ ਗੈਦਰਿੰਗ ਵੀ ਬੜੀ ਥੋੜੀ ਹੁੰਦੀ ਸੀ, ਬੜੀ ਜ਼ਿਆਦਾ ਐਡਵਰਟਾਈਜਮੈਂਟ ਪੇਪਰਾਂ ਦੇ ਰਾਹੀਂ ਜਿਵੇਂ ਪ੍ਰਿੰਟ ਮੀਡੀਆ ਜਾਂ ਰੇਡੀਓ ਚੈਨਲ ਸਟੇਸ਼ਨਾਂ ਦੇ ਰਾਹੀਂ ਦੱਸਣਾ, ਫਿਰ ਕਿਤੇ ਜਾ ਕੇ ਸੰਗਤਾਂ ਦੀ ਜਿਹੜੀ ਚੱਲਦੀ ਵੀਕ ਦੇ ਵਿੱਚ ਗੈਦਰਿੰਗ ਹੋਣੀ, ਜ਼ਿਆਦਾ ਸੰਡੇ ਨੂੰ ਐਤਵਾਰ ਵਾਲੇ ਦਿਨ ਹੀ ਸੰਗਤਾਂ ਜਿਹੜੀਆਂ ਗੁਰਦੁਆਰਾ ਸਾਹਿਬ ਆਉਂਦੀਆਂ ਸੀ, ਕਿਉਂਕਿ ਸੰਗਤਾਂ ਤੱਕ ਖਬਰ ਹੀ ਨਹੀਂ ਸੀ ਪਹੁੰਚਦੀ ਮੈਂ ਸਮਝਦਾ। ਤੇ ਹੁਣ ਇਹਨਾਂ ਦਿਨਾਂ ਦੇ ਦੌਰਾਨ ਮੈਂ ਜਿੰਨੇ ਪ੍ਰੋਗਰਾਮ ਕੀਤੇ ਆ 16 ਤਰੀਕ ਤੋਂ ਲੈ ਕੇ ਤੇ ਰਾਤ ਦਾ ਪ੍ਰੋਗਰਾਮ ਸੀ ਜਿਵੇਂ ਰਾਤ ਤੱਕ, ਮੈਂ ਦੇਖਿਆ ਬਹੁਤ ਸੰਗਤਾਂ ਦੀ ਗੈਦਰਿੰਗ ਰਹੀ ਆ। ਉਹਦਾ ਕਾਰਨ ਇਹ ਸੀ ਕਿ ਸਿੱਖ ਚੈਨਲ ਦੇ ਉੱਤੇ ਜਿਹੜਾ ਸਮਾਗਮਾਂ ਦੀ ਟਾਈਮ ਟੇਬਲ ਸੀ ਉਹਦਾ ਪੋਸਟਰ ਪ੍ਰਸਾਰਿਤ ਕੀਤਾ ਗਿਆ ਔਰ ਬਕਾਇਦਾ ਐਡ ਸਕਰੋਲ ਚੱਲਦੀ ਰਹੀ ਜਿਹਨੂੰ ਪੜ੍ਹ ਕੇ ਸੰਗਤਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਇੱਥੇ ਅੱਜ ਸਮਾਗਮ ਆ। ਤੇ ਸਿੱਖ ਚੈਨਲ ਦੇ ਇਸ ਮਾਧਿਅਮ ਦੇ ਰਾਹੀਂ ਮੈਂ ਵੇਖਿਆ ਕਿ ਸੰਗਤਾਂ ਦੀ ਬਹੁਤ ਭਾਰੀ ਗੈਦਰਿੰਗ ਰਹੀ ਤੇ ਬੜਾ ਜਿਹੜਾ ਸਕਸੈਸਫੁਲ ਸਾਰੇ ਸਮਾਗਮ ਰਹੇ। ਮੈਂ ਬਹੁਤੀਆਂ ਸੰਗਤਾਂ ਦੇ ਦਰਸ਼ਨ ਗੁਰਦੁਆਰਿਆਂ 'ਚ ਵੀ ਕਰ ਸਕਿਆ, ਵਿਚਾਰਾਂ ਦੀ ਸਾਂਝ ਕਰ ਸਕਿਆ, ਤੇ ਸਿੱਖ ਚੈਨਲ ਦੇ ਰਾਹੀਂ ਤੇ ਫਿਰ ਲੱਖਾਂ ਹਜ਼ਾਰਾਂ ਸੰਗਤਾਂ ਨੇ ਜਿਹੜਾ ਦੁਨੀਆ ਭਰ ਦੇ ਵਿੱਚ ਸਰਵਣ ਕੀਤਾ, ਖਾਸ ਕਰ ਯੂਰਪ ਤੇ ਇੰਟਰਨੈਟ ਦੇ ਨਾਲ ਪੂਰੇ ਵਿਸ਼ਵ ਦੇ ਅੰਦਰ ਬਹੁਤ ਹੀ ਸਕਸੈਸਫੁਲ। ਭਾਵੇਂ ਸਮਾਂ ਬੜਾ ਥੋੜਾ ਸੀ 2 ਕੁ ਵੀਕਾਂ ਦਾ, ਆ 2-4 ਦਿਨਾਂ ਨੂੰ ਵਾਪਸ ਚਲੇ ਜਾਣਾ, ਅੱਜ ਰਾਤ ਦਾ ਸਮਾਗਮ ਜਿਵੇਂ ਸਟਟਫੋਰਡ ਗੁਰਦੁਆਰਾ ਸਾਊਥ ਬਰਮਿੰਘਮ ਦੇ ਵਿੱਚ ਆ, ਗੁਰੂ ਨਾਨਕ ਗੁਰਦੁਆਰਾ ਉੱਥੇ ਆ ਸ਼ਾਮ ਨੂੰ 6:30 ਵਜੇ। ਤਾਂ ਤਕਰੀਬਨ ਜਿੰਨੇ ਸਮਾਗਮ ਸੀ ਸੰਗਤਾਂ ਦੇ ਗੁਰਦੁਆਰਾ ਸਾਹਿਬ 'ਚ ਚੱਲਦੀ ਵੀਕ ਦੇ ਵਿੱਚ ਵੀ ਹਾਜ਼ਰੀ ਬਹੁਤ ਭਾਰੀ ਰਹੀ ਔਰ ਐਤਵਾਰ ਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਕਿੰਨੀ ਕੁ ਸੰਗਤ, ਅੱਗੇ ਜਿੰਨੀ ਸੰਗਤ ਐਤਵਾਰ ਨੂੰ ਹੁੰਦੀ ਸੀ ਓਨੀ ਐਰਕਾ ਚੱਲਦੀ ਵੀਕ ਦੇ ਵਿੱਚ ਵੀ ਜਿਹੜਾ ਹੈਗਾ। ਜਦੋਂ ਦਾ ਸਿੱਖ ਚੈਨਲ ਆਇਆ ਔਰ ਜਦੋਂ ਦੇ ਮੈਂ ਪ੍ਰੋਗਰਾਮ ਕਰ ਰਿਹਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ, ਹੁਣ ਸੰਗਤਾਂ 'ਚ ਜਾਗਰਤੀ ਬਹੁਤ ਆ ਚੁੱਕੀ ਆ। ਸਿੱਖ ਚੈਨਲ ਸੁਣਨ ਵਾਲੀਆਂ ਸੰਗਤਾਂ ਜਿਹੜੀਆਂ ਨੇ ਜੋ ਇੰਡੀਆ 'ਚ ਵਰਤਾਰਾ ਵਰਤਦਾ ਪੰਜਾਬ 'ਚ, ਚਾਹੇ ਉਹ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਦੀ ਗੱਲ ਆ, ਚਾਹੇ ਭਾਈ ਰਾਜੋਆਣਾ ਦੀ ਫਾਂਸੀ ਟਾਲਣ ਦੀ ਗੱਲ ਸੀ, ਸ਼ਹੀਦੀ ਯਾਦਗਾਰ ਦਾ ਮੁੱਦਾ, ਆਨੰਦ ਮੈਰਿਜ ਐਕਟ ਦਾ ਮੁੱਦਾ, ਚਾਹੇ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਦਾ ਮੁੱਦਾ, ਸਰਸੇ ਦੇ ਨੂਰ ਮੇਲੀਏ ਦੇ ਖਿਲਾਫ਼, ਸੋ ਸੰਗਤਾਂ ਨੂੰ ਬੜੀ ਜਾਗਰਤੀ ਆ ਤੇ ਇਸ ਕਾਰਨ ਕਰਕੇ ਹੁਣ ਜਿਹੜੇ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਬੜੇ ਸਕਸੈਸਫੁਲ ਰਹੇ। ਜੀ ਬਾਬਾ ਜੀ, ਜਿਹੜੇ ਹੁਣ ਤੁਸੀਂ ਕਿਉਂਕਿ ਪ੍ਰੋਗਰਾਮ ਤੁਹਾਡੇ ਥੋੜ੍ਹੇ ਰਹਿ ਗਏ ਹੁਣ ਵਾਪਸੀ ਜਾਣਾ, ਅਤੇ ਅਜੇ ਸੰਗਤਾਂ ਦੇ ਤਾਂ ਸਾਨੂੰ ਟੈਲੀਫੋਨ ਆ ਰਹੇ ਆ, ਕਈ ਗੁਰਦੁਆਰਿਆਂ ਤੋਂ ਆ ਰਹੇ ਆ ਵੀ ਬਾਬਾ ਜੀ ਦਾ ਪ੍ਰੋਗਰਾਮ ਸਾਨੂੰ ਦਿਓ। ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਮੈਂ ਕਿ ਸੰਗਤਾਂ ਦਾ ਪਿਆਰ ਬਹੁਤ ਆ, ਬਹੁਤ ਸਾਰੇ ਗੁਰੂ ਘਰਾਂ ਤੋਂ, ਗਰੇਵਜ਼ ਐਂਡ ਤੋਂ, ਹੋਰ ਬਹੁਤ ਸਾਰੇ ਥਾਵਾਂ ਤੋਂ ਜਿਹੜੇ ਸੰਗਤਾਂ ਦੇ ਮੈਨੂੰ ਫੋਨ ਆਏ ਆ। ਭਾਈ ਰਘਵੀਰ ਸਿੰਘ ਵਾਲਸਾਲ ਜਿਨ੍ਹਾਂ ਕੋਲ ਪ੍ਰੋਗਰਾਮਾਂ ਦੀ ਬੁਕਿੰਗ ਹੁੰਦੀ ਪਿਛਲੇ ਤਕਰੀਬਨ 10-11 ਸਾਲ ਤੋਂ ਹੀ, ਤਾਂ ਬਹੁਤ ਸਾਰੇ ਪ੍ਰੋਗਰਾਮ ਆਏ ਆ ਜਿਹੜੇ ਬਹੁਤ ਸਾਰੇ। ਵਾਹਿਗੁਰੂ ਜੀ ਕੀ ਫਤਿਹ। ਯੂਕੇ ਅਤੇ ਯੂਰਪ ਭਰ ਦੇ ਸਮੂਹ ਸਰੋਤਿਆਂ ਨੂੰ ਆਪ ਜੀ
दर्शन करा रहे हैं पंथ के महान भाई साहब भाई बाबा मुखी पंथक सेवा लहर दादू साहब बाबा बलजीत सिंह जी दादू साहब वाले दास के सज्जे हथ विराजमान हैं। सो इस तरह ही इन्हों दे नाल जर्मनी तो फैडरेशन के प्रधान सरदार गुरमीत सिंह जी वो भी सिख चैनल के स्टूडियो पर पहुँचे हैं। आओ आप इन्हों जी आया कह के जड़ियाँ विचार अज दियाँ है ਉਹਦੇ ਵਿੱਚ ਆਪ ਜੀ ਨਾਲ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਬਾਬਾ ਜੀ ਕਿਉਂਕਿ ਤੁਸੀਂ ਯੂਕੇ ਦੇ ਯਾਤਰਾ 'ਤੇ ਆਏ ਸੀ ਉੱਥੇ ਪ੍ਰਚਾਰ ਦੇ ਵਿੱਚ ਤੁਸੀਂ ਕਾਫੀ ਰੁਝਾਨ 'ਚ ਰਹੇ ਹੋ ਇਸ ਕਰਕੇ ਸਿੱਖ ਚੈਨਲ 'ਤੇ ਤੁਹਾਡਾ ਇਹ ਸਿਰਫ ਥੋੜ੍ਹੇ ਪਹਿਲੇ ਮਿੰਟ ਕੁਛ ਆਉਣ 'ਤੇ ਸਮੇਂ 'ਤੇ ਤੁਹਾਡੇ ਦਰਸ਼ਨ ਹੋਏ ਸੰਗਤਾਂ ਨੂੰ ਭਾਵੇਂ ਤੁਸੀਂ ਜਿੱਥੋਂ ਕਥਾ ਵਿਚਾਰ ਜਾਂ ਪ੍ਰੋਗਰਾਮ ਦਿੰਦੇ ਸੀ ਉੱਥੋਂ ਲਾਈਵ ਕੋਸ਼ਿਸ਼ ਕੀਤੀ ਹੈ ਅਤੇ ਅੱਜ ਤੁਹਾਨੂੰ ਤੁਸੀਂ ਇੱਥੇ ਆਏ ਹੋ ਸਿੱਖ ਚੈਨਲ ਵੱਲੋਂ ਆਪ ਜੀਆਂ ਨੂੰ ਜੀ ਆਇਆਂ ਅਤੇ ਤੁਸੀਂ ਥੋੜ੍ਹਾ ਜਿਹਾ ਸੰਗਤਾਂ ਦੇ ਕਿਉਂਕਿ ਸੰਗਤਾਂ ਬਹੁਤ ਆਪ ਜੀ ਦੇ ਵਿਚਾਰ ਸੁਣਨੀਆਂ ਵੀ ਚਾਹੁੰਦੀਆਂ ਸਨ ਜਿਹੜੇ ਇੱਥੇ ਦੇ ਪ੍ਰੋਗਰਾਮ ਇਸ ਟੂਰ ਦੇ ਰਹੇ ਆ ਉਹ ਤੁਹਾਨੂੰ ਕਿਵੇਂ ਰਹੇ ਆ ਅਤੇ ਥੋੜ੍ਹੇ ਜਿਹੇ ਸੰਗਤਾਂ ਨਾਲ ਇਸ ਦੀ ਜਾਣਕਾਰੀ ਜ਼ਰੂਰ ਆਪਾਂ ਕਰੀਏ। ਹਾਂਜੀ ਦੇਖੋ ਜਿੰਨੀਆਂ ਵੀ ਸੰਗਤਾਂ ਸਿੱਖ ਚੈਨਲ ਦੇਖ ਰਹੀਆਂ ਨੇ ਸੇਵਾਵਾਂ ਹਨ ਇਹ ਬਹੁਤ ਹੀ ਸ਼ਲਾਘਾਯੋਗ ਹਨ ਜੀ। ਠੀਕ ਹੈ ਤੇ ਇਹ ਜੋ ਮਤਲਬ ਕੌਮ ਦੇ ਲਈ ਇਹ ਕੰਮ ਕਰ ਰਹੇ ਹਨ ਜੋ ਮੀਡੀਆ ਹੈ ਇਹ ਸਭ ਤੋਂ ਵਧੀਆ ਇਹਨਾਂ ਦਾ ਮਤਲਬ ਕਿ ਕੰਮ ਹੈ ਜੋ ਕਿ ਇਹ ਆਪਣਾ ਸਾਰੇ ਪੰਜਾਬ ਦੇ ਤੇ ਸਾਰੇ ਦੁਨੀਆਂ ਦੇ ਵਿੱਚ ਜੋ ਪਿੱਛੇ ਰਾਜੂਵਾਲਾ ਸਾਹਿਬ ਦਾ ਵੀ ਹੋਇਆ ਤੇ ਇਹ ਸਾਰਾ ਮੀਡੀਆ ਦੇ ਸਾਰਾ ਕੁਛ ਆਪਣਾ ਮੀਡੀਆ ਰਾਹੀਂ ਸਾਰੀ ਦੁਨੀਆਂ ਦੇ ਵਿੱਚ ਸਾਰੇ ਸਿੱਖਾਂ ਨੂੰ ਇਹ ਦੱਸਿਆ ਜੀ। ਬਹੁਤ ਧੰਨਵਾਦ। ਹੋਰ ਕੁਛ ਤੁਸੀਂ ਕਹਿਣਾ ਚਾਹੁੰਦੇ ਹੋ? ਇੱਥੋਂ ਤੋਂ ਬੋਲ ਰਹੇ ਗ੍ਰੀਸ ਤੋਂ ਬੋਲ ਰਹੇ ਤੁਸੀਂ? ਮੈਂ ਜੀ ਆਖਣ ਤੋਂ ਬੋਲ ਰਿਹਾ ਜੀ, ਆਖਣ ਜਰਮਨ ਦੀ ਜੀ। ਅੱਛਾ, ਪੋਲੈਂਡ ਤੇ ਬੈਲਜੀਅਮ ਦੇ ਬਾਰਡਰ ਤੇ ਆ ਜੀ। ਠੀਕ ਹੈ ਜੀ, ਤੁਹਾਨੂੰ ਪਤਾ ਹੋਵੇਗਾ ਕਿ ਜਰਮਨੀ ਦੇ ਵਿੱਚ ਅਸੀਂ 7 ਜੁਲਾਈ ਨੂੰ ਦਸਤਾਰ ਅਵੇਅਰਨੈਸ ਡੇ ਮਨਾਇਆ ਜਾ ਰਿਹਾ ਫਰੈਂਕਫੋਰਟ ਦੇ ਵਿੱਚ, ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ? ਉੱਥੇ ਗੈਦਰਿੰਗ ਤੁਹਾਡੇ ਲਾਗੇ ਜਿਹੜੇ ਗੁਰਦੁਆਰੇ ਸਾਹਿਬ ਆ ਉਹ ਵੀ ਪਹੁੰਚ ਰਹੇ ਜਾਂ ਨਹੀਂ? ਹਾਂਜੀ, ਇੱਥੇ ਅਸੀਂ ਸਾਰਿਆਂ ਜੀ ਅਨਾਊਂਸ ਕਰ ਦਿੱਤਾ ਜੀ, 7 ਜੁਲਾਈ ਨੂੰ ਸਾਰੇ ਜੋ ਸੰਗਤਾਂ ਹਨ ਦਸਤਾਰ ਸਜਾ ਕੇ ਹੁੰਮ ਹੁਮਾ ਕੇ ਉੱਥੇ ਪਹੁੰਚਣਗੀਆਂ ਜੀ। ਜੀ, ਸੋ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਭਾਈ ਗੁਰਮੀਤ ਸਿੰਘ ਜੀ ਦਾ ਤੇ ਸਿੱਖ ਚੈਨਲ ਵਾਲਿਆਂ ਦਾ, ਜੋ ਕਿ ਇੱਕ ਦਸਤਾਰ ਨੂੰ ਮਤਲਬ ਕਿ ਸਾਰੀ ਦੁਨੀਆਂ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਜੋ ਸਾਡੀ ਇਹ ਆਈਡੈਂਟੀਫਿਕੇਸ਼ਨ ਹੈ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਰਬੰਸ ਵਾਰ ਕੇ ਇਹ ਜੋ ਦਸਤਾਰ ਦੀ ਸ਼ਾਨ ਦਸਤਾਰ ਰੂਪੀ ਤਾਜ ਇਹ ਸਾਨੂੰ ਦਿੱਤਾ ਤੇ ਅਸੀਂ ਇਸ ਨੂੰ ਅਰੇ ਘਰਾਂ ਦੇ ਪ੍ਰੋਗਰਾਮ ਵੀ ਸੀਗੇ ਔਰ ਬਹੁਤ ਸਾਰੇ ਗੁਰੂ ਘਰਾਂ ਦੇ ਗੁਰਮ ਸਮਾਗਮਾਂ ਦੇ ਵੀ ਪ੍ਰੋਗਰਾਮ ਸੀ, ਪਰ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਕਿ ਨਦੀ ਨਾਵ ਸੰਜੋਗੀ ਮੇਲੇ ਫਿਰ ਜਦੋਂ ਵੀ ਸਮਾਂ ਬਣਿਆ ਉਹਨਾਂ ਗੁਰੂ ਘਰਾਂ ਦੇ ਵਿੱਚ ਮੈਂ ਦਰਸ਼ਨ ਦਿਦਾਰੇ ਕਰਨ ਦੀ ਕੋਸ਼ਿਸ਼ ਕਰੂੰ, ਭਾਵੇਂ ਹੁਣ ਵੀ ਮੈਂ ਛੋਟੇ ਜਿਹੇ ਸਮੇਂ ਦੇ ਅੰਦਰ ਸਕਾਟਲੈਂਡ ਸਾਈਡ ਤੇ ਔਰ ਇਸੇ ਤਰ੍ਹਾਂ ਯੋਰਕ ਸ਼ਹਿਰ ਔਰ ਇਸੇ ਤਰ੍ਹਾਂ ਲੰਡਨ ਮਿਡਲੈਂਡ ਸਾਰੇ ਪਾਸੇ ਵਿਸ਼ੇਸ਼ ਪ੍ਰੋਗਰਾਮ ਕੀਤੇ ਆ, ਪਰ ਜਿਨ੍ਹਾਂ ਦੇ ਮੈਂ ਨਹੀਂ ਪ੍ਰੋਗਰਾਮ ਕਰ ਸਕਿਆ ਚਾਹੇ ਉਹ ਘਰਾਂ ਦੇ, ਕਿਉਂਕਿ ਸੰਗਤਾਂ ਦਾ ਬੜਾ ਪਿਆਰ ਹੁੰਦਾ ਘਰਾਂ ਵਿੱਚ ਲਿਜਾਣਾ ਔਰ ਉੱਥੇ ਬਚਨ ਬਲਾਸ ਕੋਈ ਉੱਥੋਂ ਦੇ ਹਾਲਾਤਾਂ ਬਾਬਤ ਵਿਚਾਰਾਂ ਦੀ ਸਾਂਝ ਕਰਨੀ, ਮੈਂ ਜਿਹੜੇ ਗੁਰੂ ਘਰਾਂ ਜਾਂ ਸੰਗਤਾਂ ਕੋਲ ਨਹੀਂ ਜਾ ਸਕਿਆ ਮੈਂ ਉਹਨਾਂ ਦੇ ਕੋਲੋਂ ਖਿਮਾ ਮੰਗਦਾ ਔਰ ਜਿੱਥੇ ਮੈਂ ਗਿਆ ਜਿਹੜਾ ਸੰਗਤਾਂ ਨੇ ਪਿਆਰ ਤੇ ਸਤਿਕਾਰ ਬਖਸ਼ਿਆ ਚਾਹੇ ਘਰਾਂ ਚੋਂ ਚਾਹੇ ਗੁਰੂ ਘਰਾਂ ਚੋਂ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਬਾਬਾ ਜੀ, ਕਿਉਂਕਿ ਆਪਣੇ ਕੋਲ ਅੱਜ ਟਾਈਮ ਬਹੁਤ ਥੋੜ੍ਹਾ, ਆਪਣੇ ਨਾਲ ਇਹ ਫੈਡਰੇਸ਼ਨ ਦੇ ਪ੍ਰਧਾਨ ਜਰਮਨੀ ਤੋਂ ਭਾਈ ਗੁਰਮੀਤ ਸਿੰਘ ਜੀ ਇਹ ਵੀ ਬੈਠੇ ਹਨ, ਕਿਉਂਕਿ ਆਪਾਂ ਤੁਹਾਨੂੰ ਜਾਣਕਾਰੀ ਹੋਵੇਗੀ ਦਸਤਾਰ ਅਵੇਅਰਨੈਸ ਡੇ ਜਿਹੜਾ ਮਨਾ ਰਹੇ ਹਾਂ ਇਸ ਸਾਲ ਉਹ 7 ਜੁਲਾਈ ਨੂੰ ਫਰੈਂਕਫੋਰਟ ਜਰਮਨੀ ਵਿਖੇ ਮਨਾ ਰਹੇ। ਸੋ ਇਹ ਆਪਾਂ ਉਹਨਾਂ ਇਸ ਵਿਸ਼ੇ 'ਤੇ ਵੀ ਆਉਂਦੇ ਹਾਂ, ਉਹਨਾਂ ਤੋਂ ਪਹਿਲਾਂ ਆਪਣੇ ਕੋਲ ਕੋਲਰ ਰੈਡੀ ਹੈ, ਪਹਿਲਾਂ ਕੋਲਰ ਹੀ ਬੋਲਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਕੌਣ ਬੋਲ ਰਿਹਾ ਜੀ, ਕਿੱਥੋਂ ਬੋਲ ਰਿਹਾ? ਮੈਂ ਜਗਦੀਪ ਸਿੰਘ ਬੋਲਦਾ ਜੀ, ਆਖਣ ਤੋਂ ਜਰਮਨ ਤੋਂ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਸਿੱਖ ਚੈਨਲ ਤੇ, ਕੀ ਕਹਿਣਾ ਚਾਹੁੰਦੇ ਜੀ? ਸਿੱਖ ਚੈਨਲ ਦੀਆਂ ਜੋ